ਕਲ ਆਪੇ ਹੀ ਤੈ ਤਾਰੀਏ ਦੇਖੈ ਕੀਤਾ ਆਪਣਾ ਤਰ ਕੱਚੀ ਪੱਕੀ ਸਾਰੀ ਹੈ ਜੋ ਆਇਆ ਸੋ ਚੱਲ ਸੀ ਜੋ ਆਇਆ ਸੋ ਚੱਲ ਸੀ ਸਭ ਕੋਈ ਆਈ ਵਾਰੀ ਹੈ ਸਭ ਕੋਈ ਆਈ ਵਾਰੀ ਹੈ ਰਾਣਾ ਰਹੋ ਨ ਕੋ ਰਹੇ ਰੰਗ ਨਾ ਤੁੰਗ ਫਕੀਰ ਵਾਰੀ ਆਪੋ ਆਪਣੀ ਵਾਰੀ ਆਪੋ ਆਪਣੀ ਕੋਈ ਨਾ ਬੰਦੇ ਤੀਰ ਕੋਈ ਨਾ ਬੰਦੇ ਤੀਰ ਆਨੰਦ ਗੁਣੀ ਨਦਾ ਗੁਰੂ ਗਰੀਬਨ ਵਾ ਗੁਰੂ ਗਰੀਬਨ ਵਾ ਜੀਓ ਰੇ ਪ੍ਰਾਣੀ ਕੇਵਲ ਨਾਮ ਜਪੋ ਰੇ ਪ੍ਰਾਣੀ ਕੇਵਲ ਨਾਮ ਜਪੋ ਪਰੋ ਏਕ ਕੀ ਸ਼ਰਣਾ ਪਰੋ ਏਕ ਕੀ ਸ਼ਰਣਾ ਪਰੋ ਏਕ ਕੀ ਸ਼ਰਣਾ ਪਰੋ ਏਕ ਕੀ ਸ਼ਰਣਾ
रे प्राणी केवल नाद रे प्राणी केवल नाद परो एक की शरणा परो एक की शरणा परो एक की शरणा परो एक की शरणा रे प्राणी केवल नाम जप रे प्राणी केवल नाम जप पहर ते करिया कटे तन चीजे दिन ते पहर पहर ते करिया कटे तन चीजे काल अहेरी फिर बदक जो कहो कवन विद कीजे शरणा परो एक की शरणा
ਸਾਡੇ ਪ੍ਰਾਣੀ ਕੇਵਲ ਨਾਮ ਜਪੋ ਦੇ ਪ੍ਰਾਣੀ ਕੇਵਲ ਨਾਮ ਜਪੋ
ਜਗ ਜੋਤ ਕਾਇਆ ਮੈਂ ਵਰਤੈ ਆਪਾ ਪਸ਼ੂ ਨਾ ਦੂਜੈ ਲਗ ਜੋਤ ਕਾਇਆ ਮੈਂ ਵਰਤੈ ਆਪਾ ਪਸ਼ੂ ਨਾ ਪੂਜੈ ਲਾਲਚ ਕਰੇ ਜੀਵਨ ਪਦ ਕਾਰਨ ਲੋਚਨ ਪਸ਼ੂ ਨਾ ਲਾਲਚ ਕਰੇ ਜੀਵਨ ਪਦ ਕਾਰਨ ਲੋਚਨ ਕਛੂ ਨਾ ਸੂਜੈ ਪਰੋ ਏਕ ਕੀ ਸ਼ਰਨਾ ਪਰੋ ਏਕ ਕੀ ਸ਼ਰਨਾ ਪਰੋ ਏਕ ਕੀ ਸ਼ਰਨਾ ਪਰੋ ਏਕ ਕੀ ਸ਼ਰਨਾ ਰੇ ਪਾਣੀ ਕੇਵਲ ਨਾਮ ਜਪ ਹੇ ਪ੍ਰਾਣੀ ਕੇਵਲ ਨਾਮ ਜਪ ਕਰੋ ਏਕ ਕੀ ਸ਼ਰਣਾ ਕਰੋ ਏਕ ਕੀ ਸ਼ਰਣਾ ਕਰੋ ਏਕ ਕੀ ਸ਼ਰਣਾ ਕਰੋ ਏਕ ਕੀ ਸ਼ਰਣਾ ਰੇ ਪ੍ਰਾਣੀ ਕੇਵਲ ਨਾਮ ਜਪ ਹੇ ਪ੍ਰਾਣੀ ਕੇਵਲ ਨਾਮ ਜਪ ਕਬੀਰ ਸੁਨੋ ਰੇ ਪ੍ਰਾਣੀ ਛੋਟੋ ਮਨ ਕੇ ਪਰਮਾ ਕਹਿਤ ਕਬੀਰ ਸੁਨੋ ਰੇ ਪ੍ਰਾਣੀ ਛੋਟੋ ਮਨ ਕੇ ਪਰਮਾ ਕੇਵਲ ਨਾਮ ਜਪ
पूरे प्राणी परो एक की शरणा केवल नाम जपो रे प्राणी परो एक की शरणा 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 रे केवल नाम जप हे प्राणी केवल नाम जप करो एक की शरणा करो एक की शरणा करो एक की शरणा करो एक की शरणा हे प्राणी केवल नाम जप Bye.
ਏਕ ਕੀ ਸ਼ਰਣਾ, ਪਰੋ ਏਕ ਕੀ ਸ਼ਰਣਾ, ਪਰੋ ਏਕ ਕੀ ਸ਼ਰਣਾ, ਪਰੋ ਏਕ ਕੀ ਸ਼ਰਣਾ, ਰੇ ਪ੍ਰਾਣੀ ਕੇਵਲ ਨਾਮ ਜਪੋ, ਰੇ ਪ੍ਰਾਣੀ ਕੇਵਲ ਨਾਮ ਜਪੋ। ਪਰਮ ਸਤਿਕਾਰ ਜੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਾਜ਼ਰਾ ਹਜ਼ੂਰੀ ਵਿੱਚ ਜੁੜ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਆਪਾਂ ਸਾਰੇ ਬਹੁਤ ਸਤਿਕਾਰਯੋਗ ਬਾਪੂ ਜਗੀਰ ਸਿੰਘ ਜੀ, ਜੋ ਪਿਛਲੇ ਦਿਨੀ ਮਾਲਕ ਦੀ ਬਖਸ਼ੀ ਹੋਈ ਸਵਾਸਾਂ ਰੂਪੀ ਪੂੰਜੀ ਨੂੰ ਭੋਗਦਿਆਂ ਹੋਇਆਂ ਆਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ਮਾਲਕ ਦੇ ਚਰਨਾਂ ਵਿੱਚ ਜਾ ਵਰਾਜੇ, ਪਿੱਛੇ ਉਹਨਾਂ ਦਾ ਸਾਰਾ ਹੀ ਪਰਿਵਾਰ, ਉਹਨਾਂ ਦੇ ਲਾਇਕ ਸਪੁੱਤਰ ਭਾਈ ਮਨਜੀਤ ਸਿੰਘ ਜੀ, ਭਾਈ ਬਲਜੀਤ ਸਿੰਘ ਜੀ, ਸਮੂਹ ਮਾਲ ਪਰਿਵਾਰ ਇਸ ਵਿਛੜੀ ਹੋਈ ਰੂਹ ਦੇ ਨਿਮਿਰਤ ਸਤਿਗੁਰ ਜੀ ਦੇ ਚਰਨਾਂ ਦਾ ਉਹ ਟਾਸਰਾ ਲੈਂਦੇ ਹੋਏ ਗ੍ਰਹਿ ਵਿਖੇ ਤੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਦੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਵਾਏ, ਜਿਨ੍ਹਾਂ ਦੇ ਅੱਜ ਭੋਗ ਪਾਏ ਗਏ। ਭੋਗਾਂ ਤੋਂ ਉਪਰੰਤ ਖੁੱਲ੍ਹੇ ਪੰਡਾਲਾਂ ਵਿੱਚ ਸਤਿਗੁਰ ਜੀ ਦਾ ਸੋਹਣਾ ਦਰਬਾਰ ਸਜਿਆ ਹੈ। ਸਜੇ ਹੋਏ ਦਰਬਾਰ ਵਿੱਚ ਆਪਾਂ ਸਾਰੇ ਹੀ ਬਾਪੂ ਜਗੀਰ ਸਿੰਘ ਜੀਆਂ ਦੀ ਅੰਤਮ ਅਰਦਾਸ ਨੂੰ ਮੁੱਖ ਰੱਖਦੇ ਹਾਂ, ਸਤਿਗੁਰੂ ਜੀ ਦੇ ਚਰਨਾਂ 'ਚ ਇਕੱਤਰ ਹੋਏ ਹੋਏ। ਐਸਾ ਕੀਰਤਨ ਕਰ ਮਨ ਮੇਰੇ, ਈਹਾਂ ਊਹਾਂ ਜੋ ਕਾਮ ਤੇਰੇ। ਕੀਰਤਨ ਦੁਆਰਾ ਸਾਰੇ ਹਾਜ਼ਰੀਆਂ ਭਰੀਏ, ਕੋਈ ਰਸਨਾ ਵਾਂਝੀ ਨਾਰੇ ਪਿਆਰ ਸਹਿਤ ਬੁਲਾਓ ਫਤਿਹ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਬੀਰ ਸਾਹਿਬ ਜੀਆਂ ਦਾ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ, ਜਿਸ ਦੇ ਨਾਲ ਆਪਾਂ ਕੀਰਤਨ ਦੀ ਆਰੰਭਤਾ ਕੀਤੀ ਹੈ। ਕਹਿਤ ਕਬੀਰ ਸੁਣੋ ਰੇ ਪ੍ਰਾਨੀ, ਛੋਡੋ ਮਨ ਕੇ ਭਰਮਾ, ਕੇਵਲ ਨਾਮ ਜਪੋ ਰੇ ਪ੍ਰਾਨੀ, ਪਰੋ ਏਕ ਕੀ ਸ਼ਰਨ। ਇੱਕ ਦੀ ਸ਼ਰਨ ਵਿੱਚ ਪਈਏ, ਸਾਰੇ ਭਰਮ ਭੁਲੇਖੇ ਦੂਰ ਕਰਕੇ ਕੇਵਲ ਉਹ ਪਰਮਾਤਮਾ ਦੇ
ਨਾਮ ਦੀ ਕਮਾਈ ਕਰੀਏ, ਨਾਮ ਨੂੰ ਜਪੀਏ। ਕਿਉਂ ਜੀ? ਉਹਦੀ ਸ਼ਰਨ ਵਿੱਚ ਪੈਣਾ ਜ਼ਰੂਰੀ ਹੈ। ਕਿਉਂ? ਇੱਕ ਨਾਮ ਦੀ ਕਮਾਈ ਕਰਨੀ ਜ਼ਰੂਰੀ ਹੈ। ਕਬੀਰ ਸਾਹਿਬ ਕਹਿੰਦੇ, ਦਿਨ ਤੇ ਪਹਿਰ, ਪਹਿਰ ਤੇ ਘਰੀਆਂ, ਆਵ ਕਟੈ ਤਨ ਛੀਜੈ, ਕਾਲ ਅਹੇਰੀ ਫਿਰੈ ਵਧਕ ਜਿਉਂ, ਕਹੋ ਕਵਨ ਵਿਧ ਕੀਜੈ। ਕਹਿੰਦੇ ਦਿਨ ਕਰਕੇ, ਪਹਿਰ ਕਰਕੇ, ਘੜੀਆਂ ਕਰਕੇ, ਇਹ ਜਿਹੜੀ ਉਮਰ ਆ ਬੀਤਦੀ ਜਾ ਰਹੀ ਹੈ। ਕਾਲ ਅਹੇਰੀ ਫਿਰੈ ਵਧ ਚੋਂ, ਕਹੋ ਕਵਨ ਵਿਧ ਕੀਜੈ। ਕਹਿੰਦੇ ਜਿਵੇਂ ਸ਼ਿਕਾਰੀ ਆਪਣੇ ਸ਼ਿਕਾਰ ਦੇ ਮਗਰ ਲੱਗਿਆ ਹੁੰਦਾ ਹੈ ਤੇ ਕੋਈ ਪਤਾ ਨਹੀਂ ਉਹਨੇ ਕਿਹੜੇ ਵੇਲੇ ਆਪਣੇ ਜਾਲ ਦੇ ਵਿੱਚ ਸ਼ਿਕਾਰ ਨੂੰ ਫਸਾ ਲੈਣਾ, ਕਾਬੂ ਕਰ ਲੈਣਾ, ਤੇ ਜਦੋਂ ਉਹ ਸ਼ਿਕਾਰ ਸ਼ਿਕਾਰੀ ਦੇ ਜਾਲ ਵਿੱਚ ਫਸ ਗਿਆ ਫਿਰ ਉਹਦੀ ਕੋਈ ਵਾਹ ਨਹੀਂ ਚੱਲਦੀ, ਉਹਦੀ ਕੋਈ ਪੇਸ਼ ਨਹੀਂ ਚੱਲਦੀ, ਉਹ ਕੁਝ ਕਰ ਨਹੀਂ ਸਕਦਾ। ਕਹਿੰਦੇ ਇਸੇ ਤਰ੍ਹਾਂ ਹੀ ਭਾਈ ਜਿਹੜਾ ਮੌਤ ਰੂਪੀ ਸ਼ਿਕਾਰੀ ਹੈ, ਕਾਲ ਰੂਪੀ ਸ਼ਿਕਾਰੀ ਹੈ, ਤੇਰੇ ਮਗਰ ਹਰ ਵੇਲੇ ਤੇਰੇ ਸਿਰ ਤੇ ਮੰਡਿਆ ਰਿਹਾ, ਕੋਈ ਪਤਾ ਨਹੀਂ ਕਿਹੜੇ ਵੇਲੇ ਉਹਨੇ ਤੈਨੂੰ ਆਪਣੇ ਜਾਲ ਵਿੱਚ ਫਸਾ ਲੈਣਾ, ਕਿਹੜੇ ਵੇਲੇ ਉਹਨੇ ਝਪਟ ਮਾਰ ਲੈਣੀ। ਫਿਰ ਕਹਿੰਦੇ ਸੋ ਦਿਨ ਆਵਨ ਲਾਗਾ, ਮਾਤ ਪਿਤਾ ਭਾਈ ਸੁਤ ਬਨਤਾ, ਕਹੋ ਕਉ ਹੈ ਕਾਕਾ। ਸੋ ਦਿਨ, ਸੋ ਦਿਨ ਤੋਂ ਭਾਵ ਇਹ ਹੁੰਦਾ ਮਿਥਿਆ ਹੋਇਆ ਦਿਨ। ਕਹਿੰਦੇ ਤੇਰੇ ਸੰਸਾਰ ਤੇ ਆਉਣ ਤੋਂ ਪਹਿਲਾਂ, ਸੰਸਾਰ ਤੋਂ ਜਾਣ ਦਾ ਜਿਹੜਾ ਦਿਨ ਹੈ ਉਹ ਤੇਰੇ ਲਈ ਪਰਮਾਤਮਾ ਨੇ ਪਹਿਲਾਂ ਮਿਥਿਆ ਹੋਇਆ। ਤੇ ਆਪਾਂ ਸੰਸਾਰ ਦੇ ਵਿੱਚ ਵਿਚਰਦੇ ਪਤਾ ਨਹੀਂ ਕਿੰਨੇ ਕੁ ਦਿਨ ਮਿਥਦੇ ਹਾਂ। ਫਲਾਨੇ ਦਿਨ ਜ਼ਮੀਨ ਖਰੀਦਣੀ ਹੈ, ਫਲਾਨੇ ਦਿਨ ਰਜਿਸਟਰੀ ਕਰਾਉਣੀ ਹੈ, ਫਲਾਨੇ ਦਿਨ ਕੋਠੀ ਦੀ ਨੀਂਹ ਰੱਖਣੀ ਹੈ, ਫਲਾਨੇ ਦਿਨ ਕੋਠੀ ਦਾ ਲੈਂਟਰ ਪਾਉਣਾ, ਫਲਾਨੇ ਦਿਨ ਆਹ ਕਾਰਜ ਕਰਨਾ, ਫਲਾਨੇ ਦਿਨ ਆਹ ਕਾਰਜ ਕਰਨਾ, ਫਲਾਨੇ ਦਿਨ ਇੱਥੇ ਜਾਣਾ, ਫਲਾਨੇ ਦਿਨ ਉੱਥੇ ਜਾਣਾ, ਪਤਾ ਨਹੀਂ ਆਪਾਂ ਕਿੰਨੇ ਕੁ ਦਿਨ ਮਿਥਦੇ ਹਾਂ। ਕਹਿੰਦੇ ਦੁਨਿਆਵੀ ਦਿਨ ਮਿਥਦੇ 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 ਉਹ ਦਿਨ ਭੁੱਲ ਜਾਂਦੇ ਆ ਜਿਹੜਾ ਦਿਨ ਸਾਡੇ ਲਈ ਪਰਮਾਤਮਾ ਨੇ ਇੱਥੋਂ ਜਾਣ ਦਾ ਮਿਥਿਆ ਹੋਇਆ। ਜਿਹੜਾ ਮਿਥਿਆ ਹੋਇਆ ਦਿਨ ਹੈ ਭਾਈ ਉਹ ਕੋਈ ਪਤਾ ਨਹੀਂ ਕਦੋਂ ਆ ਜਾਂਦਾ।
ਜਦੋਂ ਉਹ ਮਿਥਿਆ ਹੋਇਆ ਦਿਨ ਆ ਗਿਆ ਜਿਨ੍ਹਾਂ ਲਈ ਤੂੰ ਭੱਜਿਆ ਫਿਰਦਾ, ਜਿਨ੍ਹਾਂ ਲਈ ਦਿਨ ਰਾਤ ਇੱਕ ਕੀਤਾ ਹੋਇਆ। ਕਹਿੰਦੇ ਜਿੰਨੇ ਤੇਰੇ ਦੁਨਿਆਵੀ ਰਿਸ਼ਤੇ ਨੇ ਉਦਣ ਸਾਰੇ ਹੀ ਝੂਠੇ ਪੈ ਜਾਣੇ, ਉਦਣ ਇਹਨਾਂ ਰਿਸ਼ਤਿਆਂ ਵਿੱਚੋਂ ਕੋਈ ਤੇਰੇ ਲਈ ਕੁਝ ਵੀ ਨਹੀਂ ਕਰ ਸਕਦਾ। ਆਖੋ ਸਤਨਾਮ, ਕੁਝ ਨਹੀਂ ਕਰ ਸਕਦਾ। ਸਾਧੋ ਰਚਨਾ ਰਾਮ ਬਣਾਈ, ਇੱਕ ਬਿਨਸੇ ਕਾਸਥਰ ਮਾਨੈ ਚਰਜ ਲਖਿਓ ਨਾ ਜਾਈ। ਪਰਮਾਤਮਾ ਦੀ ਰਚੀ ਹੋਈ ਰਚਨਾ ਹੈ। ਕਹਿੰਦੇ ਜਿਵੇਂ ਇੱਕ ਦੇਸ਼ ਦਾ ਰਾਜਾ ਦੇਸ਼ ਨੂੰ ਚਲਾਉਣ ਵਾਸਤੇ ਕਾਨੂੰਨ ਲਾਗੂ ਕਰਦਾ ਹੈ, ਜਿਹੜੇ ਉਸ ਦੇਸ਼ ਦੇ ਵਸਿੰਦੇ ਨੇ, ਲੋਕ ਨੇ, ਰਾਜੇ ਦੀ ਪਰਜਾ ਹੈ, ਉਹਨਾਂ ਨੂੰ ਰਾਜੇ ਦਾ ਬਣਾਇਆ ਹੋਇਆ ਕਾਨੂੰਨ ਮੰਨਣਾ ਪੈਂਦਾ। ਕਿਸੇ ਨੂੰ ਕਾਨੂੰਨ ਠੀਕ ਲੱਗਦਾ, ਕਿਸੇ ਨੂੰ ਗਲਤ ਲੱਗਦਾ। ਹੁਣ ਜਿੱਦਾਂ ਮੋਦੀ ਨੇ ਕਾਨੂੰਨ ਲਾਗੂ ਕਰਤੇ ਸੀ ਪਿੱਛੇ, ਉਹ ਕਿਸੇ ਨੂੰ ਚੰਗੇ ਵੀ ਲੱਗਦੇ ਸੀ, ਕਿਸੇ ਨੂੰ ਨਹੀਂ ਵੀ ਚੰਗੇ ਲੱਗਦੇ ਸੀ। ਏਦਾਂ ਹੀ ਜਿਹੜਾ ਰਾਜਾ ਉਹਨੇ ਕਾਨੂੰਨ ਬਣਾਉਣਾ ਦੇਸ਼ ਨੂੰ ਚਲਾਉਣ ਵਾਸਤੇ, ਰਾਜੇ ਦਾ ਜਿਹੜਾ ਬਣਾਇਆ ਹੋਇਆ ਕਾਨੂੰਨ ਹੈ, ਕਿਸੇ ਨੂੰ ਚੰਗਾ ਲੱਗਦਾ, ਕਿਸੇ ਨੂੰ ਨਹੀਂ ਚੰਗਾ ਲੱਗਦਾ। ਕਿਸੇ ਨੂੰ ਚੰਗਾ ਲੱਗੇ, ਕਿਸੇ ਨੂੰ ਨਾ ਚੰਗਾ ਲੱਗੇ, ਇਹਦੇ ਨਾਲ ਰਾਜੇ ਨੂੰ ਕੋਈ ਵਾਹ ਵਾਸਤਾ ਨਹੀਂ ਹੈ। ਇਸ ਗੱਲ ਨਾਲ ਰਾਜੇ ਨੂੰ ਕੁਝ ਨਹੀਂ ਲੱਗੇ। ਕੋਈ ਹੱਸ ਕੇ ਮੰਨ ਲਵੇ, ਚਾਹੇ ਕੋਈ ਦੁਖੀ ਹੋ ਕੇ ਮੰਨ ਲਵੇ, ਜਿਹੜਾ ਰਾਜੇ ਨੇ ਕਾਨੂੰਨ ਬਣਾ ਦਿੱਤਾ ਉਹ ਮੰਨਣਾ ਸਾਰਿਆਂ ਨੂੰ ਹੀ ਪੈਣਾ। ਇਵੇਂ ਹੀ ਕਹਿੰਦੇ ਜਿਵੇਂ ਇੱਕ ਰਾਜਾ ਦੇਸ਼ ਨੂੰ ਚਲਾਉਣ ਵਾਸਤੇ ਕਾਨੂੰਨ ਬਣਾਉਂਦਾ, ਪਰਮਾਤਮਾ ਨੇ ਵੀ ਇਹ ਸੰਸਾਰ ਨੂੰ ਚਲਾਉਣ ਵਾਸਤੇ ਕਾਨੂੰਨ ਬਣਾਇਆ ਹੋਇਆ। ਉਹ ਕਾਨੂੰਨ ਕਿਹੜਾ? ਉਹ ਕਾਨੂੰਨ ਇਹ ਹੈ ਵੀ ਐਸੋ ਇਹ ਸੰਸਾਰ ਪੇਖ ਨਾ ਰਹਿਣ ਨਾ ਕੋਈ ਪਈ ਹੈ ਰਿਹਾ। ਆਪਾਂ ਆਪਣੀਆਂ ਅੱਖਾਂ ਨਾਲ ਹੀ ਵੇਖਦੇ ਹਾਂ, ਇਹ ਸੰਸਾਰ ਤੇ ਸਦਾ ਵਾਸਤੇ ਕੋਈ ਰਹਿ ਹੀ ਨਹੀਂ ਸਕਿਆ। ਜਿਹੜਾ ਆਇਆ ਉਹਨੂੰ ਇੱਕ ਨਾ ਇੱਕ ਦਿਨ ਸੰਸਾਰ ਤੋਂ ਜਾਣਾ ਜ਼ਰੂਰ ਪਿਆ। ਐਸੋ ਇਹ ਸੰਸਾਰ ਵੇਖਣਾ ਰਹਿਣ ਨਾ ਕੋ ਪਈ ਹੈ ਰੇ, ਸੂਧੇ ਸੂਧੇ ਰੇਗ ਚਲੋ ਤੁਮ ਨਦਰ ਕੋ ਧੱਕਾ ਦਬਈ ਹੈ ਰੇ। ਹਾਂ ਇਹ ਵੀ ਸੱਚ ਹੈ ਵੀ ਸੰਸਾਰ ਦੇ ਉੱਪਰ ਰੋਜ਼ ਪਤਾ ਨਹੀਂ ਕਿੰਨੇ ਕੁ ਜੀਵ ਆਉਂਦੇ ਆ ਤੇ ਕਿੰਨੇ ਕੁ ਜੀਵ ਸੰਸਾਰ ਤੋਂ ਚਲੇ ਜਾਂਦੇ ਆ। ਪਰ ਮਨੁੱਖਾ ਸਰੀਰ ਧਾਰਨ ਕਰਕੇ ਆਉਣਾ, ਮਾਨਸ ਦੇ ਹੀ ਪ੍ਰਾਪਤ ਕਰਕੇ ਆਉਣਾ ਸੰਸਾਰ ਤੇ, ਇਹ ਵੱਡਿਆਂ ਭਾਗਾਂ ਦੀ ਨਿਸ਼ਾਨੀ ਹੁੰਦੀ ਹੈ। ਤੇ ਮਹਾਰਾਜ ਕਹਿੰਦੇ ਜੇ ਤੂੰ ਮਨੁੱਖਾ ਸਰੀਰ ਪਾ ਕੇ ਸੰਸਾਰ ਤੇ ਆਇਆ ਨਾ, ਤੇ ਸੰਸਾਰ ਦੇ ਵਿੱਚ ਵਿਚਰਦਿਆਂ ਹੋਇਆਂ ਸਿੱਧਾ ਰਸਤਾ ਅਖਤਿਆਰ ਕਰੀ, ਭੁੱਲ ਕੇ ਵੀ ਕਿਤੇ ਮਾੜੇ ਰਸਤੇ ਤੇ ਨਾ ਪੈ ਜਾਈਂ, ਮਾੜੇ ਰਸਤੇ ਤੇ ਨਾ ਤੁਰ ਪਈ।
ਜੇ ਭੁੱਲ ਕੇ ਵੀ ਕਦੇ ਤੂੰ ਮਾੜੇ ਰਸਤੇ ਤੇ ਤੁਰ ਪਿਆ, ਫਿਰ ਜਮਾਂ ਦੇ ਧੱਕਿਆਂ ਤੋਂ ਤੈਨੂੰ ਕੋਈ ਬਚਾ ਨਹੀਂ ਸਕਦਾ, ਤੂੰ ਜਮਾਂ ਦੇ ਧੱਕੇ ਚੜੇਗਾ ਹੀ ਚੜੇਗਾ। ਸੁਧੇ ਸੁਧੇ ਰੇਗ ਚਲੋ ਤੁਮ ਵੀ ਸਿੱਧਾ ਹੋ ਕੇ ਚਲੇ। ਨਦਰ ਕੋ ਧੱਕਾ ਦਵਾਈ ਹੈ, ਜੇ ਇੱਕ ਵਾਰੀ ਖੁੰਝ ਗਿਆ ਮਾੜੇ ਰਸਤੇ ਤੇ ਪੈ ਗਿਆ, ਫਿਰ ਜਮਾਂ ਦੇ ਧੱਕੇ ਚੜੇਗਾ। ਫਿਰ ਮਹਾਰਾਜ ਕਹਿੰਦੇ ਬਾਰੇ ਬੁੱਢੇ ਤਰਨੇ ਭਈਆ ਸਭ ਕੋ ਜਮ ਲੈ ਜਈ ਹੈ ਰੇ। ਕਹਿੰਦੇ ਚਾਹੇ ਕੋਈ ਬੱਚਾ ਹੈ, ਚਾਹੇ ਕੋਈ ਜਵਾਨ ਹੈ, ਚਾਹੇ ਕੋਈ ਬਜ਼ੁਰਗ ਹੈ, ਜਦੋਂ ਪਰਮਾਤਮਾ ਦਾ ਹੁਕਮ ਆ ਜਾਂਦਾ ਹੈ ਉਦੋਂ ਫਿਰ ਜਮ ਆਉਂਦੇ ਆ ਤੇ ਜੀਵ ਨੂੰ ਲੈ ਜਾਂਦੇ ਆ। ਜਿਹੜਾ ਆਇਆ ਉਹਨੂੰ ਜਾਣਾ ਜ਼ਰੂਰ ਪਿਆ। ਇਹ ਪਰਮਾਤਮਾ ਦਾ ਹੁਕਮ ਹੈ। ਜਿਹਾ ਚੀਰੀ ਲਿਖਿਆ ਤਿਹਾ ਹੁਕਮ ਘੁਮਾਏ, ਕੱਲੇ ਆਵੇ ਨਾਨਕਾ ਸੱਦੇ ਉੱਠੀ ਜਾਏ। ਆਓ ਆ ਪੰਗਤੀਆਂ ਪੜ੍ਹ ਲਈਏ ਫਿਰ ਅੱਗੇ ਵਿਚਾਰ ਕਰਦੇ। ਹੋ ਕੱਲੇ ਜਗ ਆਈ ਦਾ ਜੀ ਸੱਦਿਆਂ ਉੱਠ ਜਾਣਾ ਪੈਂਦਾ, ਕੱਲੇ ਜਗ ਆਈ ਦਾ ਸੱਦਿਆਂ ਉੱਠ ਜਾਣਾ ਪੈਂਦਾ। ਉੱਠ ਜਾਣਾ ਪੈਂਦਾ।
ਤਿਹਾ ਹੁਕਮ ਘੁਮਾਏ ਘੱਲੇ ਆਵੇ ਨਾਨਕਾ ਸੱਦੇ ਉੱਠੀ ਜਾਏ। ਪਰਮਾਤਮਾ ਦੇ ਹੁਕਮ ਨਾਲ ਸੰਸਾਰ ਤੇ ਆਉਂਦਾ ਜੀਵ ਤੇ ਪਰਮਾਤਮਾ ਦੇ ਹੁਕਮ ਅਨੁਸਾਰ ਹੀ ਇਹ ਜੀਵ ਸੰਸਾਰ ਤੋਂ ਚੱਲਿਆ ਜਾਂਦਾ ਹੈ। ਪਰ ਜਾਣ ਜਾਣ ਵਿੱਚ ਫਰਕ ਹੁੰਦਾ ਪਾਏ। ਕਹਿੰਦੇ ਜਸ ਜੀਵਨ ਹੁੰਦਾ ਹੈ, ਅਪ ਜਸ ਮਰਨ ਹੁੰਦਾ ਹੈ। ਕਹਿੰਦੇ ਇੱਕ ਉਹ ਨੇ ਜਿਨ੍ਹਾਂ ਨੂੰ ਜਾਂਦੇ ਜੀ ਬੁਲਾ ਕੇ ਕੋਈ ਰਾਜੀ ਨਹੀਂ, ਮੱਥੇ ਲੱਗ ਕੇ ਕੋਈ ਰਾਜੀ ਨਹੀਂ, ਸਾਰੇ ਲਾਹਣਤਾਂ ਪਾਉਂਦੇ ਆ ਉਹ ਤੇ ਜਾਂਦੇ ਵੀ ਮਰਿਆਂ ਵਰਗੇ। ਇੱਕ ਉਹ ਨੇ ਜਿਨ੍ਹਾਂ ਨੂੰ ਜਾਂਦੇ ਜੀ ਵੀ ਸੋਭਾ ਮਿਲਦੀ ਹੈ, ਸਤਿਕਾਰ ਮਿਲਦਾ, ਮਾਣ ਮਿਲਦਾ, ਸਰੀਰ ਕਰਕੇ ਚਲੇ ਜਾਂਦੇ ਫਿਰ ਵੀ ਲੋਕੀ ਮਾਣ ਨਾਲ ਫਕਰ ਨਾਲ ਯਾਦ ਕਰਦੇ ਆ, ਫਿਰ ਵੀ ਸੋਭਾ ਹੁੰਦੀ ਹੈ, ਫਿਰ ਵੀ ਵਡਿਆਈ ਹੁੰਦੀ ਹੈ। ਕਹਿੰਦੇ ਉਹ ਭਾਈ ਮਰ ਕੇ ਵੀ ਜਾਂਦੇ ਨੇ, ਮਰ ਕੇ ਵੀ ਜਾਂਦੇ ਨੇ। ਮੌਤ ਹੈ ਨਾ ਜਿਹੜੀ, ਇਹ ਵਿਦਵਾਨਾਂ ਨੇ ਕਈ ਪ੍ਰਕਾਰ ਦੀ ਦੱਸੀ ਹੈ। ਇੱਕ ਹੁੰਦੀ ਹੈ ਸਰੀਰਕ ਮੌਤ, ਇੱਕ ਹੁੰਦੀ ਹੈ ਮਾਨਸਿਕ ਮੌਤ, ਇੱਕ ਹੁੰਦੀ ਹੈ ਆਰਥਿਕ ਮੌਤ, ਇੱਕ ਹੁੰਦੀ ਹੈ ਸਮਾਜਿਕ ਮੌਤ, ਇੱਕ ਹੁੰਦੀ ਰਾਜਨੀਤਿਕ ਮੌਤ, ਤੇ ਇੱਕ ਹੁੰਦੀ ਹੈ ਰੂਹਾਨੀਅਤ ਦੀ ਮੌਤ। ਸਰੀਰਕ ਮੌਤ ਉਹ ਹੁੰਦੀ ਹੈ ਵੀ ਬੰਦੇ ਦੇ ਸਾਹ ਤੇ ਚੱਲਦੇ ਨੇ ਪਰ ਸਰੀਰ ਨਹੀਂ ਕੰਮ ਕਰਦਾ। ਕਈ ਵਾਰ ਆਪਾਂ ਇਦਾਂ ਦੇ ਚਾਂਸ ਵੇਖਦੇ ਹਾਂ ਵੀ ਬੰਦੇ ਦਾ ਸਰੀਰ ਹੈ ਜਿਹੜਾ ਕੰਮ ਕਰਨ ਨੂੰ ਹਟ ਜਾਂਦਾ, ਨਾ ਉੱਠ ਸਕਦਾ, ਨਾ ਬੈਠ ਸਕਦਾ, ਨਾ ਖਾ ਸਕਦਾ, ਨਾ ਪੀ ਸਕਦਾ, ਨਾ ਬੋਲ ਸਕਦਾ, ਨਾ ਚੱਲ ਸਕਦਾ, ਜਿੱਦਾਂ ਆਪਾਂ ਕਹਿ ਲਓ ਕੋਮਾ ਵਿੱਚ ਚੱਲਿਆ ਗਿਆ ਬੰਦਾ। ਕਈ ਛੇ ਛੇ ਮਹੀਨੇ ਸਾਲ ਸਾਲ ਕੌਮਾਂ 'ਚ ਪਏ ਰਹਿੰਦੇ ਨੇ, ਉਹਨਾਂ ਨੂੰ ਕੋਈ ਸੁਰਤੀ ਨਹੀਂ ਹੁੰਦੀ, ਕੇਵਲ ਸਾਹ ਚੱਲਦਾ। ਅੱਛਾ, ਜਿੰਨਾ ਚਿਰ ਸਾਹ ਚੱਲਦੇ ਆ ਨਾ ਭਾਈ, ਉਹਨਾਂ ਚਿਰ ਆਪਾਂ ਕਦੇ ਨਹੀਂ ਕਹਿੰਦੇ ਵੀ ਇਹ ਪੂਰਾ ਹੋ ਗਿਆ, ਇਹਦੀ ਮੌਤ ਹੋ ਗਈ। ਕਿਉਂ? ਪ੍ਰਾਣ ਚੱਲ ਜਾਣ। ਇਹ ਬੰਦੇ ਦਾ ਨਾਂ ਪ੍ਰਾਣੀ ਪਿਆਈ ਇਸ ਕਰਕੇ ਆ, ਇਹ ਪ੍ਰਾਣਾਂ ਦੇ ਆਧਾਰ ਤੇ ਜਾਂਦਾ ਭਾਈ। ਪ੍ਰਾਣ ਚੱਲਦੇ ਨੇ ਤੇ ਪ੍ਰਾਣੀ ਹੈ, ਤੇ ਜਦ ਪ੍ਰਾਣ ਬੰਦ ਹੋ ਗਏ ਫਿਰ ਮਿੱਟੀ ਦੀ ਢੇਰੀ। ਆਖੋ ਸਤਨਾਮ, ਉਸੇ ਵੇਲੇ ਮਿੱਟੀ ਦੀ ਢੇਰੀ। ਕਹਿੰਦੇ ਸਾਹ ਚੱਲਦੇ ਆ ਪਰ ਸਰੀਰ ਨਹੀਂ ਕੰਮ ਕਰਦਾ, ਇਹ ਸਰੀਰਕ ਮੌਤ ਹੁੰਦੀ ਹੈ। ਮਾਨਸਿਕ ਮੌਤ ਉਹ ਹੁੰਦੀ ਹੈ ਵੀ ਬੰਦੇ ਦਾ ਜਿਹੜਾ ਦਿਮਾਗ ਹੈ ਉਹ ਕੰਮ ਕਰਨ ਨੂੰ ਹਟ ਜਾਂਦਾ, ਮਾਨਸਿਕ ਸੰਤੁਲਨ ਹੈ ਜਿਹੜਾ ਉਹ ਖਰਾਬ ਹੋ ਜਾਂਦਾ, ਸੁੱਧ ਬੁੱਧ ਨਹੀਂ ਰਹਿਣੀ, ਖਾਣ ਪੀਣ ਦੀ ਸੋਝੀ ਨਹੀਂ, ਪਹਿਨਣ ਦੀ ਸੋਝੀ ਨਹੀਂ, ਜਿੱਦਾਂ ਆਪਾਂ ਕਹਿ ਲਈਏ ਵੀ ਇਹਦੇ ਦਿਮਾਗ ਵਿੱਚ ਫਰਕ ਪੈ ਗਿਆ, ਇਹ ਪਾਗਲ ਹੋ ਗਿਆ, ਮਾਨਸਿਕ ਮੌਤ ਹੋ ਗਈ।
ਆਰਥਿਕ ਮੌਤ ਉਹ ਹੁੰਦੀ ਹੈ ਵੀ ਆਰਥਿਕ ਤੌਰ ਤੇ ਹਾਲਾਤ ਨੇ ਜਿਹੜੇ ਬਹੁਤ ਮਾੜੇ ਹੋਣੇ, ਘਰ ਵਿੱਚ ਅੰਤਾਂ ਦੀ ਗਰੀਬੀ ਆ ਜਾਣੀ, ਤੰਗੀ ਆ ਜਾਣੀ, ਰੁਜ਼ਗਾਰ ਦਾ ਕੋਈ ਸਾਧਨ ਨਾ ਰਹਿਣਾ, ਇੱਦਾਂ ਕਹਿ ਲਓ ਵੀ ਮੰਗਿਆ ਵੀ ਪੈਸਾ ਨਾ ਮਿਲੇ। ਆਪਣੀ ਗਰੀਬੀ ਤੋਂ ਬੰਦਾ ਇੰਨਾ ਤੰਗ ਆ ਜਾਂਦਾ ਹੈ ਤੇ ਰੱਬ ਨੂੰ ਕਹਿੰਦਾ ਰੱਬਾ ਇਹਦੇ ਨਾਲੋਂ ਤੇ ਮੌਤ ਦੇ ਦੇ, ਮੌਤ ਚੰਗੀ ਹੈ। ਇਹ ਆਰਥਿਕ ਮੌਤ ਹੁੰਦੀ। ਸਮਾਜਿਕ ਮੌਤ ਉਹ ਹੁੰਦੀ ਹੈ ਵੀ ਸਮਾਜ ਵਿੱਚ ਵਿਚਰਦਿਆਂ ਬੰਦੇ ਦੇ ਮੱਥੇ ਤੇ ਕੋਈ ਕਲੰਕ ਲੱਗ ਗਿਆ, ਦਾਗ ਲੱਗ ਗਿਆ, ਬੰਦਾ ਸਮਾਜ ਨੂੰ ਮੂੰਹ ਦਿਖਾਉਣ ਜੋਗਾ ਨਾ ਰਹੇ, ਘਰ ਤੋਂ ਬਾਹਰ ਨਿਕਲਣ ਜੋਗਾ ਹੀ ਨਾ ਰਹੇ, ਇਹ ਸਮਾਜਿਕ ਮੌਤ ਹੁੰਦੀ ਹੈ। ਤੇ ਰਾਜਨੀਤਿਕ ਮੌਤ ਉਹ ਹੁੰਦੀ ਹੈ ਵੀ ਰਾਜਨੀਤਿਕ ਤੌਰ ਤੇ ਬੰਦੇ ਦਾ ਕੱਦ ਬਹੁਤ ਉੱਚਾ ਹੋਵੇ ਪਰ ਇਲੈਕਸ਼ਨਾਂ ਦੇ ਵਿੱਚ ਉਹ ਬੁਰੀ ਤਰ੍ਹਾਂ ਹਾਰ ਜਾਵੇ, ਹਾਲਾਂਕਿ ਲੋਕ ਉਹਦੇ ਮਗਰ ਬਹੁਤ ਹੋਣ, ਇਕੱਠ ਬੜਾ ਹੁੰਦਾ ਹੋਵੇ, ਉਹਨੇ ਸੁਪਨੇ ਵਿੱਚ ਵੀ ਨਾ ਸੋਚਿਆ ਹੋਵੇ ਵੀ ਮੈਂ ਹਾਰ ਜਾਵਾਂ, ਆਪਣੀ ਜਿੱਤ ਪੱਕੀ ਮੰਨੀ ਬੈਠਾ ਹੋਵੇ ਤੇ ਹਾਰ ਜੇ ਬੁਰੀ ਤਰ੍ਹਾਂ, ਇਹ ਰਾਜਨੀਤਿਕ ਮੌਤ ਹੁੰਦੀ। ਇਹ ਮੌਤਾਂ ਆਮ ਨੇ ਭਾਈ ਜਿਹੜੀਆਂ ਰੋਜ਼ ਕਿਸੇ ਨਾ ਕਿਸੇ ਨੂੰ ਕਿਸੇ ਨਾ ਕਿਸੇ ਦੇ ਘਰ ਆਉਂਦੀਆਂ ਰਹਿੰਦੀਆਂ, ਚਾਹੇ ਉਹ ਸਰੀਰਕ ਮੌਤ ਹੈ, ਚਾਹੇ ਮਾਨਸਿਕ ਮੌਤ ਹੈ, ਚਾਹੇ ਆਰਥਿਕ ਮੌਤ ਹੈ, ਚਾਹੇ ਸਮਾਜਿਕ ਮੌਤ ਹੈ, ਚਾਹੇ ਰਾਜਨੀਤਿਕ ਮੌਤ ਹੈ, ਇਹ ਆਮ ਨੇ ਮੌਤਾਂ। ਇਹਨਾਂ ਸਾਰੀਆਂ ਮੌਤਾਂ ਤੋਂ ਉੱਪਰ ਹੁੰਦੀ ਹੈ ਰੂਹਾਨੀਅਤ ਦੀ ਮੌਤ। ਰੂਹਾਨੀਅਤ ਦੀ ਮੌਤ ਹਰੇਕ ਨੂੰ ਨਹੀਂ ਆਉਂਦੀ, ਬਿਰਲੀਆਂ ਰੂਹਾਂ ਹੁੰਦੀਆਂ ਤੇ ਉਹਨਾਂ ਦੀ ਗਿਣਤੀ ਜਿਹੜੀ ਉਂਗਲਾਂ ਤੇ ਕੀਤੀ ਜਾ ਸਕਦੀ ਹੈ ਜਿਨ੍ਹਾਂ ਨੂੰ ਰੂਹਾਨੀਅਤ ਦੀ ਮੌਤ ਆਈ। ਬਿਰਲੇ ਹੁੰਦੇ ਨੇ ਜਿਨ੍ਹਾਂ ਨੂੰ ਰੂਹਾਨੀਅਤ ਦੀ ਮੌਤ ਆਉਂਦੀ ਹੈ। ਅੱਛਾ, ਰੂਹਾਨੀਅਤ ਦੀ ਮੌਤ ਕਿਹਨਾਂ ਨੂੰ ਆਉਂਦੀ ਹੈ? ਸਾਧ ਸੰਗਤ ਜਿਹੜੇ ਕਹਿੰਦੇ ਜਨ ਨਾਨਕ ਜਗ ਜਾਣਿਓ ਮਿਥਿਆ ਰਹਿਓ ਰਾਮ ਸ਼ਰਣਾਈ, ਕਹਿੰਦੇ ਜਿਨ੍ਹਾਂ ਨੇ ਜਾਣ ਲਿਆ ਵੀ ਇਹ ਸੰਸਾਰ ਝੂਠਾ ਹੈ, ਇੱਥੇ ਸਦੀਵ ਕਾਲ ਵਾਸਤੇ ਨਹੀਂ ਰਹਿਣਾ, ਇੱਥੋਂ ਇੱਕ ਨਾ ਇੱਕ ਦਿਨ ਜਾਣਾ, ਫਿਰ ਜਾਣ ਵਾਸਤੇ ਉਹ ਖਰਚਾ ਜਿਹੜਾ ਪੱਲੇ ਨਾਲ ਬੰਨਦੇ ਆ, ਜਿਵੇਂ ਇੱਥੋਂ ਆਪਾਂ ਗੁਰਦਾਸਪੁਰ ਜਾਣਾ ਹੋਵੇ ਪਤਾ ਵੀ ਇੰਨਾ ਖਰਚਾ ਲੱਗਣਾ ਜੇਬ 'ਚ ਪਾ ਕੇ ਤੁਰਦੇ ਹਾਂ, ਚੰਡੀਗੜ੍ਹ ਜਾਣਾ ਹੋਵੇ ਪਤਾ ਇੰਨਾ ਖਰਚਾ ਲੱਗਣਾ ਆਪਾਂ ਜੇਬ 'ਚ ਪਾ ਕੇ ਤੁਰਦੇ ਹਾਂ, ਅਤੇ ਜਿਹੜੇ ਰਸਤੇ ਉਹ ਸਾਨੂੰ ਜਮਾਂ ਨੇ ਲੈ ਕੇ ਜਾਣਾ, ਉਹਦਾ ਪੈਂਡਾ ਕਿੰਨਾ, ਦੂਰੀ ਕਿੰਨੀ, ਇਹ ਮਾਪੀ ਨਹੀਂ ਕਹਿੰਦੇ। ਉਹਦੇ ਵਾਸਤੇ ਬਿਰਲੇ ਜੀਵ ਹੁੰਦੇ ਨੇ ਜਿਹੜੇ ਸੋਚਦੇ ਨੇ ਵੀ ਉਹ ਖਰਚਾ ਅਸੀਂ ਪੱਲੇ ਨਾਲ ਬੰਨ ਲਈਏ। ਉਹ ਫਿਰ ਖਰਚਾ ਕਿਹੜਾ? ਮਹਾਰਾਜ ਕਹਿੰਦੇ ਖਰਚ ਬੰਨ ਚੰਗਿਆਈਆਂ, ਚੰਗੇ ਗੁਣ, ਚੰਗੀ ਸੰਗਤ, ਚੰਗੇ ਵਿਚਾਰ, ਚੰਗੀ ਬੋਲੀ, ਚੰਗਾ ਰਹਿਣ ਸਹਿਣ, ਚੰਗਾ ਵਿਹਾਰ, ਖਰਚ ਬੰਨ ਚੰਗਿਆਈਆਂ। ਮਤ ਮੰਨ ਜਾਣਾ ਕੱਲ੍ਹ, ਕੱਲ ਤੇ ਨਾ ਛੱਡੀ ਵੀ ਚਲੋ ਅੱਜ ਨਹੀਂ ਤੇ ਕੱਲ ਕਰ ਲਾਂਗੇ। ਬਹੁਤ ਬੰਦੇ ਐਸੇ ਨੇ ਜੇ ਅੰਮ੍ਰਿਤ ਛਕਣ ਵਾਸਤੇ ਕਹਿ ਲਈਏ, ਕਹਿਣਗੇ ਵੀ ਅਜੇ ਤੇ ਬੜਾ ਸਮਾਂ ਪਿਆ, ਆਹ ਕੰਮ ਕਰ ਲਈਏ ਫਿਰ ਛਕ ਲਾਂਗੇ, ਆਹ ਕਾਰਜ ਕਰ ਲਈਏ ਫਿਰ ਛਕ ਲਾਂਗੇ। ਪਰ ਕੱਲ ਕਿਸੇ ਨੇ ਵੇਖਿਆ ਭਾਈ ਭਾਈ ਮਰਦਾਨਾ ਜੀ, ਭਾਈ ਬਾਲਾ ਜੀ ਸਤਿਗੁਰੂ ਜੀ ਦੇ ਕੋਲ ਬੈਠੇ ਤੇ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਬਾਲਿਆ ਦੱਸ ਖਾਂ ਭਲਾ ਤੂੰ ਮੌਤ ਨੂੰ ਕਿੰਨਾ ਕੁ ਨੇੜੇ ਸਮਝਦਾ। ਭਾਈ ਬਾਲਾ ਜੀ ਕਹਿੰਦੇ ਮਹਾਰਾਜ ਅੱਜ ਦਾ ਦਿਨ ਚੜ੍ਹ ਗਿਆ, ਪਤਾ ਨਹੀਂ ਕੱਲ ਦਾ ਦਿਨ ਚੜ੍ਹਨਾ ਕਿ ਨਹੀਂ ਚੜ੍ਹਨਾ। ਕਹਿੰਦੇ ਬਾਲਿਆ ਤੂੰ ਤੇ ਮੌਤ ਨੂੰ ਬਹੁਤ ਦੂਰ ਸਮਝਦਾ, ਮਰਦਾਨਿਆ ਤੂੰ ਦੱਸ ਭਾਈ ਮੌਤ ਕਿੰਨੀ ਕੁ ਨੇੜੇ ਹੈ।
ਕਹਿੰਦੇ ਮਹਾਰਾਜ ਅੱਜ ਦਾ ਦਿਨ ਚੜ ਗਿਆ, ਪਤਾ ਨੀ ਸ਼ਾਮ ਪੈਣੀ ਹੈ ਕਿ ਨਹੀਂ ਪੈਣੀ। ਮਰਦਾਨਿਆ ਤੂੰ ਵੀ ਭਾਈ ਮੌਤ ਨੂੰ ਬਹੁਤ ਦੂਰ ਸਮਝ। ਦੋਵੇਂ ਕਹਿੰਦੇ ਮਹਾਰਾਜ ਫਿਰ ਤੁਸੀਂ ਦੱਸੋ ਮੌਤ ਕਿੰਨੀ ਕੁ ਨੇੜੇ ਹੈ। ਤੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਹਮ ਆਦਮੀ ਹਾਂ ਇੱਕ ਦਮੀ, ਕਹਿੰਦੇ ਦਮ ਦਾ ਨੀ ਕੋਈ ਭਰੋਸਾ, ਆ ਸਾਹ ਆ ਗਿਆ ਪਤਾ ਨੀ ਅਗਲੇ ਸਾਹ ਨੇ ਆਉਣਾ ਕਿ ਨਹੀਂ ਆਉਣਾ, ਦਮ ਦਾ ਨੀ ਇੱਥੇ ਭਰੋਸਾ। ਹਰ ਜਪਦਿਆਂ ਖਿੰਨ ਢਿੱਲ ਨਾ ਕੀਚਈ ਮੇਰੀ ਜਿੰਦੜੀਏ, ਮਤ ਕੇ ਜਾਪੈ ਸੋ ਆਵੈ ਕਿ ਨਾ ਆਵੈ ਰਾਹ। ਕਹਿੰਦੇ ਚੰਗਾ ਕਰਮ ਕਰਨ ਲੱਗਿਆਂ ਕਦੇ ਵੀ ਢਿੱਲ ਨਾ ਕਰੀ, ਕਦੇ ਵੀ ਦੇਰ ਨਾ ਕਰੀ, ਕੋਈ ਪਤਾ ਨਹੀਂ ਵੀ ਕੱਲ ਦਾ ਦਿਨ ਆਪਾਂ ਵੇਖਣਾ ਜਾਂ ਨਹੀਂ ਵੇਖਣਾ, ਪਤਾ ਨਹੀਂ ਅਗਲੇ ਸਾਹ ਨੇ ਆਉਣਾ ਕਿ ਨਹੀਂ ਆਉਣਾ। ਜਿਹੜੇ ਮਹਾਰਾਜ ਦੇ ਇਹਨਾਂ ਬਚਨਾਂ ਨੂੰ ਪੱਲੇ ਨਾਲ ਬੰਨ ਲੈਂਦੇ ਆ ਨਾ, ਜਿਵੇਂ ਬਾਬਾ ਕਬੀਰ ਸਾਹਿਬ ਕਹਿੰਦੇ ਜਬ ਹਮ ਆਏ ਜਗਤ ਮੈਂ ਹਮ ਹੱਸੇ ਜਾਗਰ, ਹਮ ਰੋਏ ਜਗ ਹੱਸੇ ਹਮ ਰੋਏ। ਕਹਿੰਦੇ ਜਦੋਂ ਮੈਂ ਪੈਦਾ ਹੋਇਆ ਮੇਰਾ ਜਨਮ ਹੋਇਆ, ਦੁਨੀਆਂ ਵਾਲੇ ਹੱਸਦੇ ਸੀ, ਪਰਿਵਾਰ ਵਾਲੇ ਹੱਸਦੇ ਸੀ ਤੇ ਮੈਂ ਰੋਂਦਾ ਸੀ। ਜਬ ਹਮ ਆਏ ਜਗਤ ਮੈਂ ਹਮ ਹੱਸੇ ਜਗ ਰੋਏ, ਜਗ ਹੱਸੇ ਹਮ ਰੋਏ। ਕਹਿੰਦੇ ਐਸੀ ਕਰਨੀ ਕਰ ਚੱਲੋ ਹਮ ਹੱਸੇ ਜਗ ਰੋਏ। ਕਹਿੰਦੇ ਐਸੀ ਕਰਨੀ ਕਰਕੇ ਜਾਈਏ ਵੀ ਸਾਡੇ ਸੰਸਾਰ ਤੇ ਸਾਨੂੰ ਯਾਦ ਕਰਕੇ ਦੁਨੀਆਂ ਰੋਵੇ ਪਾਈ, ਵੀ ਇਹਦੇ ਵਰਗਾ ਕੋਈ ਹੋਰ ਨਹੀਂ ਮਿਲਣਾ, ਇਹੀ ਸੀ। ਆਖੋ ਸਤਨਾ ਇਹੀ ਸੀ। ਪੜ੍ਹਦੇ ਹੁੰਦੇ ਆ ਮਹਾਂਪੁਰਖ ਧਾਰਨਾ, ਉਹ ਪੜ੍ਹੀਏ। ਹੋ ਦੁਨੀਆਂ ਦੇ ਵਿੱਚ ਰੱਖ ਤੂੰ ਬੰਦਿਆ ਐਸਾ ਭੈਣ ਖਲੋਣ, ਦੁਨੀਆਂ ਦੇ ਵਿੱਚ ਰੱਖ ਤੂੰ ਬੰਦਿਆ ਐਸਾ ਭੈਣ ਖਲੋਣ, ਦੁਨੀਆਂ ਦੇ ਵਿੱਚ ਰੱਖ ਰੱਖ ਤੂੰ ਬੰਦਿਆ ਐਸਾ ਭੈਣ ਖਲੋਣ ਵੇ, ਦੁਨੀਆਂ ਦੇ ਵਿੱਚ ਰੱਖ ਤੂੰ ਬੰਦਿਆ
ਜਾਈਏ ਤਾਂ ਹੱਸਣ ਲੋਕੀ, ਤੁਰ ਜਾਈਏ ਤਾਂ ਰੋਣ ਹੋਏ। ਜਾਗਾਈਏ ਤਾਂ ਹੱਸਣ ਲੋਕੀ, ਤੁਰ ਜਾਈਏ ਤਾਂ ਰੋਣ ਹੋਏ। ਮਰ ਪੀ ਨਾ ਜਾਣਿਆ ਕੋਈ ਐਸੀ ਮਰਨੀ, ਜੋ ਮਰੇ ਬੋਹਰ ਨਾ ਮਰਨਾ। 15 ਨਵੰਬਰ ਨੂੰ ਆਪਾਂ ਸਾਰੇ ਹੀ ਧੰਨ ਗੁਰੂ ਨਾਨਕ ਦੇ ਮਹਾਰਾਜੀਆਂ ਦਾ ਪ੍ਰਕਾਸ਼ ਦਿਹਾੜਾ ਬੜੀ ਸ਼ਰਧਾ ਔਰ ਭਾਵਨਾ ਦੇ ਨਾਲ ਮਨਾ ਕੇ ਹਟੇ। ਅੱਜ ਵੀ ਸੰਗਤਾਂ ਮਨਾ ਰਹੀਆਂ ਨੇ। ਕਹਿੰਦੇ ਧੰਨ ਗੁਰੂ ਨਾਨਕ ਦੇ ਮਹਾਰਾਜੀਆਂ ਨੂੰ। ਰਾਏ ਬਲਾਰ ਜਿਹੜਾ ਤਲਵੰਡੀ ਦਾ ਰਾਜਾ ਸੀ, ਉਹ ਬਹੁਤ ਪਿਆਰ ਕਰਦਾ ਸੀ, ਬੜੀ ਭਾਵਨਾ ਰੱਖਦਾ ਸੀ। ਉਹਨੇ ਪਛਾਣ ਲਿਆ ਸੀ ਗੁਰੂ ਨਾਨਕ ਖੁਦ ਖੁਦਾ ਹੈ, ਖੁਦ ਰੱਬ ਹੈ, ਜਿਹੜਾ ਸੰਸਾਰ ਨੂੰ ਤਾਰਨ ਵਾਸਤੇ ਆਇਆ। ਕਹਿੰਦੇ ਜਦੋਂ ਗੁਰੂ ਨਾਨਕ ਦੇ ਮਹਾਰਾਜੀਆਂ ਨੇ ਸੰਸਾਰ ਨੂੰ ਤਾਰਨ ਵਾਸਤੇ ਪਹਿਲੀ ਉਦਾਸੀ ਗੁਰੂ ਨਾਨਕ ਦੇ ਮਹਾਰਾਜੀਆਂ ਨੇ 12 ਸਾਲ ਦੀ ਕੀਤੀ ਸੀ। ਸੁਲਤਾਨਪੁਰ ਤੋਂ ਤੁਰੇ ਸੀ ਤੇ 12 ਸਾਲ ਮੁੜ ਕੇ ਵਾਪਸ ਘਰ ਨਹੀਂ ਸੀ ਆਏ। 12 ਸਾਲ ਬੀਤ ਗਏ। ਕਹਿੰਦੇ ਇੱਕ ਦਿਨ ਕੀ ਹੋਇਆ, ਪੁੰਨਿਆਂ ਦਾ ਦਿਹਾੜਾ ਸੀ, ਪੂਰਨਮਾਸ਼ੀ ਵਾਲਾ ਦਿਨ। ਗੁਰੂ ਨਾਨਕ ਦੇ ਮਹਾਰਾਜੀਆਂ ਦੇ ਪਿਤਾ ਕਲਿਆਣ ਦਾਸ ਮਹਿਤਾ ਜੀ ਪਟਵਾਰੀ ਜੀ ਮਾਤਾ ਤ੍ਰਿਪਤਾ ਨੂੰ ਕਹਿਣ ਲੱਗੇ, ਤ੍ਰਿਪਤਾ ਅੱਜ ਪੁੰਨਿਆਂ ਦਾ ਦਿਹਾੜਾ ਹੈ, ਅੱਜ ਦੇ ਦਿਨ ਆਪਣੇ ਪੁੱਤਰ ਨਾਨਕ ਦਾ ਜਨਮ ਹੋਇਆ ਸੀ, ਉਹ ਸੰਸਾਰ ਤੇ ਆਇਆ ਸੀ, ਅੱਜ ਉਹਦਾ ਜਨਮ ਦਿਹਾੜਾ, ਅਵਤਾਰ ਦਿਹਾੜਾ ਹੈ, ਕੀ ਪਤਾ ਅੱਜ ਘਰ ਹੀ ਆ ਜਾਏ, ਏਦਾਂ ਕਰ ਘਰ ਦਾ ਬੂਹਾ ਖੋਲ ਦੇ।
ਅੱਜ ਆਪਣੇ ਪੁੱਤਰ ਦਾ ਆਗਮਨ ਦਿੰਦੇ। ਜੋ ਵੀ ਪੀਰ ਫਕੀਰ ਆਵੇ, ਕਿਸੇ ਨੂੰ ਅੱਜ ਆਪਣੇ ਘਰੋਂ ਖਾਲੀ ਨਾ ਮੋੜੀ। ਜੋ ਵੀ ਆ ਕੇ ਖੈਰ ਮੰਗੇ, ਅਲਖ ਜਗਾਵੇ, ਸਭ ਦੀ ਝੋਲੀ ਭਰ ਕੇ ਤੋਰੀ। ਮਾਤਾ ਤ੍ਰਿਪਤਾ ਜੀ ਕਹਿੰਦੇ ਠੀਕ ਹੈ। ਹੁਣ ਜਿਹੜਾ ਕੋਈ ਮੰਗਤਾ ਆਉਂਦਾ, ਫਕੀਰ ਆਉਂਦਾ, ਕਹਿੰਦੇ ਇੱਕ ਥਾਲ ਦਾਣਿਆਂ ਦਾ ਭਰ ਕੇ ਤੇ ਉਹਦੇ ਉੱਪਰ ਦੋ ਚਾਰ ਪੰਜ ਭੇਲੀਆਂ ਗੁੜ ਦੀਆਂ ਰੱਖ ਕੇ ਮਾਤਾ ਤ੍ਰਿਪਤਾ ਜੀ ਹਰੇਕ ਦੀ ਝੋਲੀ ਵਿੱਚ ਪਾਈ ਜਾਂਦੇ। ਰਾਏ ਬਲਾਰ ਜਿਹੜਾ ਤਲਵੰਡੀ ਦਾ ਰਾਜਾ ਹੈ ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਿਤਾ ਸੀ ਜਿਹੜੇ ਕਲਿਆਣ ਦਾਸ ਮਹਿਤਾ ਜੀ, ਉਹ ਰਾਏ ਬਲਾਰ ਜੀ ਕੋਲ ਨੌਕਰੀ ਕਰਦੇ ਸੀ, ਪਟਵਾਰੀ ਸੀ। ਜਿੰਨੀ ਵੀ ਜਾਇਦਾਦ ਸੀ ਰਾਏ ਬਲਾਰ ਦੀ, ਉਹਦੀ ਸਾਰੀ ਸਾਂਭ ਸੰਭਾਲ ਕਲਿਆਣ ਦਾਸ ਜੀ ਕਰਦੇ ਸੀ। ਕਹਿੰਦੇ ਰਾਏ ਬਲਾਰ ਨੂੰ ਪਤਾ ਲੱਗਿਆ ਵੀ ਅੱਜ ਪੁੰਨਿਆਂ ਦਾ ਦਿਹਾੜਾ ਹੈ, ਅੱਜ ਦੇ ਦਿਨ ਗੁਰੂ ਸਾਹਿਬ ਜੀ ਦਾ ਸੰਸਾਰ ਤੇ ਆਉਣਾ ਹੋਇਆ। ਆਪਣੇ ਸਿਪਾਹੀਆਂ ਨੂੰ ਨਾਲ ਲਿਆ, ਨੌਕਰਾਂ ਨੂੰ ਨਾਲ ਲਿਆ, ਕਹਿੰਦੇ ਚਲੋ ਗੁਰੂ ਸਾਹਿਬ ਜੀ ਦੇ ਘਰ ਚੱਲਦੇ ਹਾਂ। ਜਿਹੜੇ ਘਰ ਬਾਬੇ ਨਾਨਕ ਨੇ ਅਵਤਾਰ ਧਾਰਿਆ ਉਸ ਘਰ ਦੀ ਦਹਿਲੀਜ਼ ਤੇ ਜਾ ਕੇ ਮੱਥਾ ਟੇਕ ਕੇ ਆਉਂਦੇ, ਨਮਸਕਾਰ ਕਰਕੇ ਆਉਂਦੇ। ਕਹਿੰਦੇ ਰਾਏ ਬਲਾਰ ਜੀ ਆ ਗਏ, ਗੁਰੂ ਸਾਹਿਬ ਜੀ ਦੇ ਘਰ ਅੱਗੇ ਪਹੁੰਚ ਗਏ, ਆ ਕੇ ਦਰਵਾਜ਼ਾ ਖੜਕਾਇਆ। ਹੁਣ ਮਾਤਾ ਤ੍ਰਿਪਤਾ ਜੀ ਪੁਰਾਣੇ ਸਮੇਂ ਦੇ ਵਿੱਚ ਬੀਬੀਆਂ ਮੁੱਖ ਤੇ ਪੱਲਾ ਰੱਖਦੀਆਂ ਸੀ, ਆਪਣਾ ਮੁੱਖ ਹੈ ਜਿਹੜਾ ਕੱਜ ਕੇ ਰੱਖਦੀਆਂ ਸੀ, ਜਿੱਦਾਂ ਆਪਾਂ ਕਹਿੰਦੇ ਵੀ ਘੁੰਡ ਕੱਢ ਕੇ ਰੱਖਦੀਆਂ ਸੀ। ਮਾਤਾ ਤ੍ਰਿਪਤਾ ਜੀਆਂ ਨੇ ਵੀ ਆਪਣਾ ਮੁੱਖ ਹੈ ਜਿਹੜਾ ਕੱਜਿਆ ਹੋਇਆ, ਮੁੱਖ ਸਾਹਮਣੇ ਪੱਲਾ ਕੀਤਾ ਹੋਇਆ, ਤੇ ਜਦੋਂ ਦਰਵਾਜ਼ਾ ਖੜਕਿਆ ਤੇ ਮਾਤਾ ਤ੍ਰਿਪਤਾ ਜੀਆਂ ਨੇ ਸਮਝਿਆ ਵੀ ਸ਼ਾਇਦ ਕੋਈ ਫਕੀਰ ਆ ਗਿਆ, ਮੰਗਦਾ ਆ ਗਿਆ। ਉਹਨਾਂ ਨੇ ਦਾਣਿਆਂ ਦਾ ਥਾਲ ਭਰਿਆ, ਉੱਪਰ ਪੰਜ ਛੇ ਭੇਲੀਆਂ ਗੁੜ ਦੀਆਂ ਰੱਖ ਲਈਆਂ ਤੇ ਖੈਰ ਪਾਉਣ ਵਾਸਤੇ ਤੁਰ ਪਏ। ਰਾਏ ਬਲਾਰ ਜੀ ਨੇ ਵੀ ਵੇਖ ਲਿਆ ਵੀ ਮਾਤਾ ਤ੍ਰਿਪਤਾ ਜੀ ਦਾਣਿਆਂ ਦਾ ਥਾਲ ਭਰ ਕੇ ਤੇ ਮਿੱਠਾ ਉੱਪਰ ਰੱਖ ਕੇ ਆ ਰਹੇ ਨੇ। ਕਹਿੰਦੇ ਮਾਤਾ ਤ੍ਰਿਪਤਾ ਜੀਆਂ ਨੂੰ ਭੁਲੇਖਾ ਪੈ ਗਿਆ ਵੀ ਸ਼ਾਇਦ ਕੋਈ ਮੰਗਤਾ ਆ ਗਿਆ। ਕਹਿੰਦੇ ਰਾਏ ਬਲਾਰ ਜੀ ਜਦੋਂ ਮਾਤਾ ਤ੍ਰਿਪਤਾ ਜੀ ਕੋਲ ਆਏ ਤੇ ਬੜੀ ਮਹਿੰਗੀ ਪੁਸ਼ਾਕ ਰਾਏ ਬਲਾਰ ਜੀਆਂ ਦੇ ਪਾਈ ਹੋਈ ਹੈ, ਉੱਪਰ ਦੀ ਬੜਾ ਸੋਹਣਾ ਉਹਨਾਂ ਨੇ ਦਸ਼ਾਲਾ ਉੜਿਆ ਹੋਇਆ ਤੇ ਉਹ ਦਸ਼ਾਲੇ ਦਾ ਪੱਲਾ ਇੱਦਾਂ ਕਰ ਲਿਆ ਝੋਲੀ ਅੱਡ ਲਈ ਰਾਏ ਬਲਾਰ ਜੀ। ਮਾਤਾ ਤ੍ਰਿਪਤਾ ਜੀ ਨੇ ਦਾਣਿਆਂ ਦਾ ਭਰਿਆ ਹੋਇਆ ਥਾਲ ਤੇ ਉਹ ਗੁੜ ਦੀਆਂ ਭੇਲੀਆਂ ਝੋਲੀ ਚ ਪਾ ਦਿੱਤੀਆਂ। ਜਦੋਂ ਝੋਲੀ ਚ ਪਾਈਆਂ, ਝੋਲੀ ਚ ਪਵਾ ਕੇ ਰਾਏ ਬਲਾਰ ਜੀ ਕਹਿੰਦੇ ਧੰਨ ਭਾ। ਇਹ ਨਹੀਂ ਆਖਿਆ ਵੀ ਮਾਤਾ ਕੀ ਕਰੀ ਜਾਂਦੀ ਆ, ਮੈਂ ਕੋਈ ਮੰਗਦਾ ਭਲਾ, ਮੇਰੀ ਝੋਲੀ ਚ ਦਾਣੇ ਪਾਈ ਜਾਂਦੀ ਆ। ਭਾਵਨਾ ਸੀ ਨਾ, ਨਿਮਰਤਾ ਸੀ। ਝੋਲੀ ਚ ਦਾਣੇ ਪਵਾਏ ਤੇ ਰਾਏ ਬਲਾਰ ਜੀ ਕਹਿੰਦੇ ਧੰਨ ਭਾਗ। ਜਦੋਂ ਰਾਏ ਬਲਾਰ ਜੀ ਬੋਲੇ, ਮਾਤਾ ਜੀ ਨੇ ਵੇਖਿਆ ਵੀ ਇਹ ਕਿਸੇ ਮੰਗਤੇ ਦੀ ਆਵਾਜ਼ ਨਹੀਂ ਹੈ। ਜਦੋਂ ਮੰਗਤੇ ਨੂੰ ਖੈਰ ਪਾਈ ਦੀ ਉਹ ਤੇ ਅਸੀਸਾਂ ਦਿੰਦਾ,
ਬੜੀਆਂ ਖੁਸ਼ੀਆਂ ਦੀਆਂ, ਤੁਹਾਡੇ ਪੁੱਤਰ ਦੀ ਉਮਰ ਲੰਮੀ ਹੋਵੇ, ਇੱਦਾਂ ਹੋਵੇ, ਉੱਦਾਂ ਹੋਵੇ, ਤੇ ਇਹ ਧੰਨ ਭਾਗ ਕਹਿਣ ਵਾਲੇ ਜਦੋਂ ਆਏ ਨਿਗਾਹ ਚੁੱਕ ਕੇ ਵੇਖਦੇ ਨੇ ਤੇ ਰਾਏ ਬਲਾਰ ਜੀ ਖਲੋਤੇ, ਹੱਥਾਂ ਵਿੱਚੋਂ ਥਾਲ ਛੁੱਟ ਗਿਆ, ਹੱਥ ਜੋੜ ਕੇ ਕਹਿਣ ਲੱਗੀ, ਰਾਜਾ ਜੀ ਮੈਨੂੰ ਮਾਫ ਕਰ ਦਿਓ, ਮੈਂ ਤੁਹਾਨੂੰ ਪਛਾਣ ਨਹੀਂ ਸਕੀ। ਅੱਜ ਬੜੇ ਪੀਰ ਫਕੀਰ ਆਉਂਦੇ ਆ, ਮੰਗਤੇ ਆਉਂਦੇ ਆ, ਮੈਂ ਸੋਚਿਆ ਵੀ ਸ਼ਾਇਦ ਕੋਈ ਮੰਗਤ ਆਇਆ ਤਾਂ ਮੈਂ ਤੁਹਾਡੀ ਝੋਲੀ ਵਿੱਚ ਇਹ ਦਾਣਿਆਂ ਦਾ ਭਰਿਆ ਹੋਇਆ ਥਾਲ ਪਾਤਾ, ਥਾਲ ਪਾਤਾ। ਰਾਏ ਬਲਾਰ ਜੀ ਕਹਿੰਦੇ, ਮਾਤਾ ਜੀ ਤੁਹਾਡੇ ਤੋਂ ਭੁੱਲ ਨਹੀਂ ਹੋਈ, ਤੁਹਾਡੇ ਤੋਂ ਕੋਈ ਗਲਤੀ ਨਹੀਂ ਹੋਈ, ਇਹ ਤੇ ਸ਼ਕਾਂ ਮੇਰੀ ਖੁਸ਼ ਨਸੀਬੀ ਹੈ, ਮੇਰੇ ਵੱਡੇ ਭਾਗ ਨੇ। ਕਹਿੰਦੇ ਜੀ ਮੈਂ ਤੇ ਤੁਹਾਡੀ ਨਰਾਦਰੀ ਕੀਤੀ, ਤੁਹਾਨੂੰ ਮੰਗਤਾ ਸਮਝ ਕੇ ਤੁਹਾਡੀ ਝੋਲੀ ਚ ਖੈਰ ਪਾਤੀ, ਤੁਹਾਡੀ ਖੁਸ਼ ਨਸੀਬੀ, ਤੁਹਾਡੇ ਵੱਡੇ ਭਾਗ ਕਿਵੇਂ ਹੋ ਗਏ? ਰਾਏ ਬਲਾਰ ਜੀਆਂ ਨੇ ਪਛਾਂ ਹੋ ਕੇ ਬਾਬੇ ਨਾਨਕ ਦੀ ਦਹਿਲੀਜ਼ ਤੇ ਨਾ ਸਿਰ ਰੱਖ ਦਿੱਤਾ, ਮੱਥਾ ਟੇਕਿਆ, ਮੱਥਾ ਟੇਕ ਕੇ ਕਹਿੰਦੇ, ਮਾਤਾ ਬਾਬੇ ਨਾਨਕ ਦੇ ਘਰ ਦਾ ਮੰਗਤਾ ਹੋਣਾ ਵੀ ਖੁਸ਼ ਨਸੀਬੀ ਹੈ, ਵੱਡਿਆਂ ਕਰਮਾਂ ਤੋਂ ਬਿਨਾਂ, ਵੱਡਿਆਂ ਭਾਗਾਂ ਤੋਂ ਬਿਨਾਂ ਗੁਰੂ ਨਾਨਕ ਦੇ ਘਰ ਦਾ ਮੰਗਤਾ ਵੀ ਨਹੀਂ ਬਣਿਆ ਜਾਂਦਾ, ਮੰਗਤਾ ਵੀ ਨਹੀਂ ਬਣਿਆ ਜਾਂਦਾ। ਕਹਿੰਦੇ ਬੜਾ ਲੰਮਾ ਸਮਾਂ ਬਾਬੇ ਨਾਨਕ ਦੀ ਦਹਿਲੀਜ਼ ਤੇ ਸਿਰ ਰੱਖ ਰੱਖ ਕੇ ਰਾਏ ਬਲਾਰ ਜੀ ਸਿਜਦੇ ਹੀ ਕਰਦੇ ਰਹੇ, ਸਿਜਦਾ ਕਰਦੇ ਆ ਨਾਲੇ ਪੜ੍ਹਦੇ ਆ, ਹੋ ਤੇਰੀਆਂ ਦਹਿਲੀ ਜਾਂਦਾ ਮੈਂ ਖੇੜਾ ਨਹੀਂ ਉਹ ਛੱਡਣਾ, ਤੇਰੀਆਂ ਦਹਿਲੀ ਜਾਂਦਾ ਮੈਂ ਖੇੜਾ ਨਹੀਂ ਉਹ ਛੱਡਣਾ। ਜਾਂਦਾ ਮੈਂ ਕਿਹੜਾ ਨਹੀਂ ਉਹ ਛੱਡਣਾ, ਤੇਰੀ
ਆਏ ਪਿਆ ਸ਼ਰਣਾਏ ਨਾਨਕ ਸੱਚੇ ਪਾਤਸ਼ਾਹ ਡੁੱਬਦਾ ਲਿਆ ਕਢਾਏ। ਕਹਿੰਦੇ ਸਿਜਦਾ ਕੀਤਾ ਬਾਬੇ ਨਾਨਕ ਦੀ ਦਹਿਲੀਜ ਤੇ, ਪਟਵਾਰੀ ਜੀ ਭੱਜ ਕੇ ਆਏ। ਤ੍ਰਿਪਤਾ ਕੀ ਗੱਲ ਹੋ ਗਈ? ਕਹਿੰਦੀ ਵੇਖੋ ਰਾਜਾ ਜੀ ਆਏ ਨੇ, ਪਟਵਾਰੀ ਜੀ ਆਏ, ਆ ਕੇ ਹੱਥ ਜੋੜ ਨਮਸਕਾਰ ਕੀਤੀ। ਰਾਏ ਬਲਾਰ ਜੀ ਤੁਸੀਂ ਕਿਉਂ ਆਏ? ਮੈਨੂੰ ਸੁਨੇਹਾ ਭੇਜ ਦੇਣਾ ਸੀ, ਮੈਂ ਆ ਜਾਂਦਾ। ਰਾਏ ਬਲਾਰ ਜੀ ਕਹਿੰਦੇ ਅੱਜ ਮੇਰਾ ਹੀ ਆਉਣਾ ਬਣਦਾ ਸੀ। ਹੋਰ ਦੱਸੋ, ਨਾਨਕ ਜੀ ਦੀ ਕੋਈ ਖਬਰ ਖੋਜ ਆਈ? ਕੋਈ ਸੁਨੇਹਾ ਆਇਆ? ਪਟਵਾਰੀ ਜੀ ਹੌਂਕਾ ਜਿਹਾ ਲੈ ਕੇ ਕਹਿੰਦੇ ਨਹੀਂ, ਅਜੇ ਤੇ ਕੋਈ ਸੁੱਖ ਸੁਨੇਹਾ ਨਹੀਂ ਆਇਆ, ਕੋਈ ਖਬਰ ਨਹੀਂ ਆਈ। ਰਾਏ ਬਲਾਰ ਜੀ ਕਹਿੰਦੇ ਨਾਨਕ ਜੀ ਦੀ ਕੋਈ ਖਬਰ ਆਈ ਤੇ ਮੈਨੂੰ ਜ਼ਰੂਰ ਦੱਸਿਓ, ਜੇ ਆ ਜਾਣ ਤਾਂ ਸੁਨੇਹਾ ਭੇਜ ਦਿਓ, ਮੈਂ ਉਹਨਾਂ ਦੇ ਦਰਸ਼ਨ ਕਰਨੇ। ਹਾਂਜੀ ਰਾਜਾ ਜੀ, ਜ਼ਰੂਰ ਤੁਹਾਨੂੰ ਦੱਸਾਂਗੇ। ਕਹਿੰਦੇ ਰਾਏ ਬਲਾਰ ਜੀ ਆਪਣੇ ਘਰ ਚਲੇ ਗਏ। ਉਸ ਦਿਨ ਬੇਬੇ ਨਾਨਕੀ ਤੇ ਭਾਈਆ ਜੈ ਰਾਮ ਜੀ ਵੀ ਤਲਵੰਡੀ ਪਹੁੰਚੇ ਹੋਏ ਸੀ। ਬੇਬੇ ਨਾਨਕੀ ਨੂੰ ਵੀ ਆਸ ਸੀ ਵੀ ਅੱਜ ਪੁੰਨਿਆ ਦਾ ਦਿਨ ਹੈ, ਮੇਰੇ ਵੀਰ ਦਾ ਜਨਮ ਦਿਹਾੜਾ ਹੈ, ਵੀ ਸ਼ਾਇਦ ਬਾਬਾ ਨਾਨਕ ਜੀ ਅੱਜ ਘਰ ਆ ਜਾਣ। ਚਲੋ ਉਡੀਕਾਂ ਨੂੰ ਭਾਗ ਲੱਗਿਆ। ਭਾਈ ਮਰਦਾਨਾ ਜੀ ਨੂੰ ਬਾਬਾ ਨਾਨਕ ਜੀ ਕਹਿੰਦੇ, ਮਰਦਾਨਿਆ ਅੱਜ ਬੇਬੇ ਯਾਦ ਕਰਦੀ ਹੈ, ਕਿਉਂ ਨਾ ਆਪਾਂ ਤਲਵੰਡੀ ਜਾ ਆਈਏ। ਹੁਣ 12 ਸਾਲ ਵੇਖੋ ਬੀਤ ਗਏ ਸੀ। ਭਾਈ ਮਰਦਾਨਾ ਜੀ ਕਹਿੰਦੇ ਹਾਂ ਮਹਾਰਾਜ, ਚੱਲਦੇ ਹਾਂ ਆਪਾਂ ਤਲਵੰਡੀ, ਮੈਂ ਵੀ ਆਪਣੇ ਬੱਚਿਆਂ ਦੀ ਖਬਰ ਸਾਰ ਲੈ ਲਾਂਗਾ। ਭਾਈ ਮਰਦਾਨਾ ਜੀ ਦੀ ਬਾਂਹ ਫੜੀ, ਮਰਦਾਨਿਆਂ ਨੇਤਰ ਬੰਦ ਕਰ। ਭਾਈ ਮਰਦਾਨਾ ਜੀ ਨੇ ਨੇਤਰ ਬੰਦ ਕਰ ਲਿਆ। ਥੋੜੇ ਸਮੇਂ ਬਾਅਦ ਕਹਿੰਦੇ ਮਰਦਾਨਿਆਂ ਬੋਲ ਸਤ ਕਰਤਾਰ। ਸਤ ਕਰਤਾਰ ਬੋਲਿਆ, ਨੇਤਰ ਖੋਲ। ਨੇਤਰ ਖੋਲੇ ਤੇ ਕੀ ਵੇਖਦੇ ਨੇ? ਗੁਰੂ ਸਾਹਿਬ ਜੀਆਂ ਦੇ ਘਰ ਅੱਗੇ ਆ ਕੇ ਖਲੋਤੇ ਹੋਏ ਆ। ਆਖੋ ਸਤਨਾਮ, ਘਰ ਅੱਗੇ ਆ ਕੇ ਖਲੋਤੇ। ਚਲੋ ਆਵਾਜ਼ਾਂ ਦਿੱਤਾ, ਸਾਰੇ ਭੱਜ ਕੇ ਆਏ, ਪਰਿਵਾਰ ਮਿਲਿਆ, ਬੇਬੇ ਨਾਨਕੀ ਭੱਜ ਕੇ ਆ ਕੇ ਮਿਲੀ। ਥੋੜੇ ਸਮੇਂ ਬਾਅਦ ਕਲਿਆਣ ਦਾਸ ਜੀ ਕਹਿੰਦੇ, ਨਾਨਕ ਚੱਲ ਆਪਾਂ ਚੱਲੀਏ ਰਾਏ ਬਲਾਰ ਜੀ ਨੂੰ ਮਿਲ ਆਈਏ, ਉਹ ਬਹੁਤ ਯਾਦ ਕਰਦੇ ਰਹਿੰਦੇ ਆ, ਤੈਨੂੰ ਯਾਦ ਕਰਕੇ ਬੜੇ ਵਿਰਾਗੀ ਰਹਿੰਦੇ ਆ। ਹਾਂ ਪਿਤਾ ਜੀ, ਚੱਲਦੇ। ਬਾਬਾ ਨਾਨਕ ਜੀ ਆਪਣੇ ਪਿਤਾ ਜੀ ਦੇ ਨਾਲ ਰਾਏ ਬਲਾਰ ਜੀਆਂ ਦੇ ਘਰ ਪਹੁੰਚੇ। ਜਾ ਕੇ ਸਿਪਾਹੀਆਂ ਨੂੰ, ਨੌਕਰਾਂ ਨੂੰ ਪੁੱਛਦੇ ਨੇ ਰਾਏ ਬਲਾਰ ਜੀਆਂ ਨੂੰ ਮਿਲਣਾ, ਕਹਿੰਦੇ ਜੀ ਉਹ ਤੇ ਖੇਤਾਂ ਨੂੰ ਚਲੇ ਗਏ, ਖੇਤਾਂ ਵੱਲ ਗਏ ਹੋਏ। ਬਾਬਾ ਨਾਨਕ ਜੀ ਤੇ ਪਿਤਾ ਜੀ ਖੇਤਾਂ ਨੂੰ ਤੁਰ ਪਏ, ਖੇਤਾਂ ਵਿੱਚ ਪਹੁੰਚ ਗਏ।
ਜਾ ਕੇ ਕੀ ਵੇਖਦੇ ਆ, ਜਿਸ ਦਰਖਤ ਦੇ ਹੇਠਾਂ ਬਾਬੇ ਨਾਨਕ ਨੂੰ ਸੱਪ ਨੇ ਛਾਂ ਕੀਤੀ ਸੀ ਨਾ, ਰਾਏ ਬਲਾਰ ਜੀ ਉੱਥੇ ਬੈਠੇ ਆ ਦਰਖਤ ਦੇ ਨਾਲ ਢੋ ਲਾ ਕੇ, ਅੱਖਾਂ ਬੰਦ ਕੀਤੀਆਂ ਨੇ ਤੇ ਅੱਖਾਂ ਚੋਂ ਜਲ ਵਹਿੰਦਾ। ਬਾਬੇ ਨਾਨਕ ਨੂੰ ਬੜੇ ਪ੍ਰੇਮ ਨਾਲ ਯਾਦ ਕਰਦੇ ਆ। ਬਾਬਾ ਨਾਨਕ ਜੀ ਬਹੁਤ ਸਮਾਂ ਹੋ ਗਿਆ, ਹੁਣ ਵਾਪਸ ਆ ਜਾ। ਮਹਾਰਾਜ ਸਰੀਰ ਬੁੱਢਾ ਹੋ ਗਿਆ, ਬਜ਼ੁਰਗ ਹੋ ਗਿਆ, ਇਹਦਾ ਕੋਈ ਭਰੋਸਾ ਨਹੀਂ ਹੈ। ਮੈਂ ਤੁਹਾਡੇ ਦਰਸ਼ਨ ਕਰਨੇ ਚਾਹੁੰਦਾ, ਮੈਨੂੰ ਆਪਣੇ ਦਰਸ਼ਨ ਬਖਸ਼ ਦੇ। ਬਾਬਾ ਨਾਨਕ ਜੀ ਮਗਰ ਜਾ ਕੇ ਖਲੋ ਗਏ। ਰਾਏ ਬਲਾਰ ਜੀਆਂ ਨੂੰ ਪਤਾ ਹੀ ਨਹੀਂ ਲੱਗਿਆ ਵੀ ਬਾਬਾ ਨਾਨਕ ਜੀ ਮਗਰ ਆ ਕੇ ਖਲੋ ਗਏ। ਹੌਲੀ ਕੁ ਦਿਨੇ ਬਾਬਾ ਨਾਨਕ ਜੀ ਅੱਗੇ ਹੋਏ ਤੇ ਜਾ ਕੇ ਰਾਏ ਬਲਾਰ ਜੀਆਂ ਦੇ ਚਰਨ ਫੜ ਲਏ। ਬਾਬੇ ਨਾਨਕ ਦੇ ਚਰਨ ਫੜ ਕੇ ਨਮਸਕਾਰ ਕੀਤੀ। ਜਦੋਂ ਚਰਨ ਫੜੇ ਤੇ ਰਾਏ ਬਲਾਰ ਜੀਆਂ ਨੇ ਨੇਤਰ ਖੋਲੇ, ਸਾਹਮਣੇ ਬਾਬਾ ਜੀਆਂ ਨੂੰ ਤੱਕਿਆ ਤੇ ਸਾਧ ਸੰਗਤ ਚਾਹ ਚੜ ਗਿਆ, ਤਾਹਾਂ ਨਿਕਲ ਗਈਆਂ। ਜਿਹਨੂੰ ਮਿਲਣ ਦੀ ਬਹੁਤੀ ਤਾਂਘ ਹੋਵੇ ਨਾ ਭਾਈ, ਜਦੋਂ ਉਹ ਮਿਲਦਾ ਅੱਗੇ ਤੇ ਉਹਨੂੰ ਮਿਲਣ ਦੀ ਜਿੱਥੇ ਖੁਸ਼ੀ ਹੁੰਦੀ ਹੈ ਤੇ ਅੰਦਰੋਂ ਮਨ ਬਰਾਗੀ ਬੜਾ ਹੋ ਜਾਂਦਾ, ਉਹ ਖੁਸ਼ੀ ਦਾ ਉਛਾਲਾ ਹੀ ਐਸਾ ਹੁੰਦਾ, ਸਾਂਭਿਆ ਨਹੀਂ ਜਾਂਦੀ। ਤਾਹਾਂ ਨਿਕਲ ਗਈਆਂ ਰਾਏ ਬਲਾਰ ਜੀ ਦੀਆਂ, ਘੁੱਟ ਕੇ ਗਲਵੱਕੜੀ ਪਾ ਲਈ ਬਾਬੇ ਨਾਨਕ, ਘੁੱਟ ਕੇ ਗਲਵੱਕੜੀ ਪਾਈ ਤੇ ਇੱਕਦਮ ਗਲਵੱਕੜੀ ਪਾ ਕੇ ਨਾ ਥੋੜੇ ਸਮੇਂ ਬਾਅਦ ਛੱਡ ਦਿੱਤੀ ਤੇ ਹੱਥ ਜੋੜ ਲਏ। ਬਾਬਾ ਨਾਨਕ ਜੀ ਸ਼ੁਕਰ ਹੈ ਤੁਹਾਡੇ ਦਰਸ਼ਨ ਹੋਏ, ਪਰ ਆ ਤੁਸੀਂ ਕੀ ਕੀਤਾ? ਬਾਬਾ ਜੀ ਕਹਿੰਦੇ ਕੀ ਕੀਤਾ ਸੀ ਤੁਸੀਂ? ਮਹਾਰਾਜ ਮੇਰੇ ਪੈਰਾਂ ਨੂੰ ਹੱਥ ਕਿਉਂ ਲਾਏ? ਤੁਸੀਂ ਮੇਰੇ ਸਾਹਮਣੇ ਹੱਥ ਜੋੜ ਕੇ ਨਮਸਕਾਰ ਕਿਉਂ ਕੀਤੀ? ਬਾਬਾ ਨਾਨਕ ਜੀ ਕਹਿੰਦੇ ਤੁਸੀਂ ਉਮਰਾਂ ਵਿੱਚ ਵੀ ਵੱਡੇ ਹੋ, ਤਲਵੰਡੀ ਦੇ ਰਾਜੇ ਹੋ, ਰਾਜੇ ਨੂੰ ਤੇ ਸਾਰੇ ਹੀ ਸਿਜਦਾ ਕਰਦੇ ਆ, ਮੈਂ ਕਰਦਾ ਫਿਰ ਕੀ ਹੋ ਗਿਆ? ਰਾਏ ਬਲਾਰ ਜੀ ਕਹਿੰਦੇ ਜੀ ਮੈਂ ਉਮਰਾਂ ਵਿੱਚ ਵੱਡਾ ਬਾਬਾ ਜੀ, ਤੁਸੀਂ ਗੁਣਾਂ ਵਿੱਚ ਵੱਡੇ ਹੋ। ਮੈਂ ਤੇ ਇੱਕ ਤਲਵੰਡੀ ਦਾ ਰਾਜਾ, ਤੁਸੀਂ ਮਹਾਰਾਜ ਸਾਰੀ ਸ੍ਰਿਸ਼ਟੀ ਦੇ ਰਾਜੇ, ਤੁਹਾਨੂੰ ਨਮਸਕਾਰ ਨਹੀਂ ਸੀ ਕਰਨੀ ਚਾਹੀਦੀ। ਦੇਖੋ ਬਾਬੇ ਨਾਨਕ ਦੀ ਗਰੀਬੀ, ਬਾਬੇ ਨਾਨਕ ਦੀ ਨਿਮਰਤਾ। ਕਹਿਣ ਲੱਗੇ ਰਾਏ ਬਲਾਰ ਜੀ ਸੱਚੀ ਹੈ ਨਾ, ਮੈਂ ਤੁਹਾਡੀ ਵੱਡੀ ਉਮਰ ਕਰ ਉਮਰ ਜਾਣ ਕੇ ਨਮਸਕਾਰ ਕੀਤੀ ਹੈ, ਨਾ ਮੈਂ ਤੁਹਾਨੂੰ ਤਲਵੰਡੀ ਦਾ ਰਾਜਾ ਜਾਣ ਕੇ ਨਮਸਕਾਰ ਕੀਤੀ ਹੈ। ਕਹਿੰਦੇ ਜੀ ਫਿਰ ਝੁਕੇ ਕਿਉਂ? ਕਹਿੰਦੇ ਤੁਹਾਡੇ ਪਿਆਰ ਦੇ ਅੱਗੇ, ਤੁਹਾਡੇ ਪ੍ਰੇਮ ਦੇ ਅੱਗੇ ਮੇਰਾ ਸੀਸ ਬਦੋ ਬਦੀ ਝੁਕ ਗਿਆ। ਆਖੋ ਸਤਨਾਮ। ਤੁਹਾਡੇ ਪ੍ਰੇਮ ਦੇ ਅੱਗੇ ਮੇਰਾ ਸੀਸ ਬਦੋ ਬਦੀ ਝੁਕ ਗਿਆ। ਇਸੇ ਕਰਕੇ ਫਿਰ ਆਪਾਂ ਪੜ੍ਹਦੇ ਹਾਂ ਨਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਚਨ, ਸਾਚ ਕਹੂੰ ਸੁਣ ਲਿਹੋ ਸਵੈ ਜਿਨ ਪ੍ਰੇਮ ਕੀਓ, ਉਹ ਤਿੰਨ ਹੀ ਪ੍ਰਭ ਪਾਇਓ ਹੈ, ਕੀਤਾ ਹੈ ਪ੍ਰੇਮ ਜਿਨ੍ਹਾਂ ਨੇ, ਤਿੰਨ ਹੀ ਪ੍ਰਭ ਪਾਇਓ ਹੈ ਜੀ, ਕੀਤਾ ਹੈ ਪ੍ਰੇਮ ਜਿਨ੍ਹਾਂ ਨੇ। ਪ੍ਰਭ ਪਾਇਓ ਹੈ।
ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਇਓ। ਕਹਿੰਦੇ ਤੁਸੀਂ ਇੰਨੇ ਪਿਆਰ ਨਾਲ ਯਾਦ ਕਰਦੇ ਸੀ, ਇੰਨੇ ਪਿਆਰ ਨਾਲ ਸਾਨੂੰ ਆਵਾਜ਼ਾਂ ਮਾਰਦੇ ਸੀ, ਤੁਹਾਡੇ ਪ੍ਰੇਮ ਅੱਗੇ ਮੇਰਾ ਸਿਰ ਬਦੋ ਬਦੀ ਝੁਕ ਗਿਆ, ਮੈਂ ਰੋਕ ਨਹੀਂ ਸਕਿਆ ਆਪਣੇ ਆਪ। ਫਿਰ ਬਾਬਾ ਨਾਨਕ ਜੀਆਂ ਨੂੰ ਘੁੱਟ ਕੇ ਗਲਵੱਕੜੀ ਪਾ ਲਈ ਰਾਏ ਬਲਾਰ ਜੀ। ਰਾਏ ਬਲਾਰ ਜੀ ਕਹਿੰਦੇ, ਮਹਾਰਾਜ ਮੈਂ ਹਮੇਸ਼ਾ ਤੁਹਾਡੇ ਦਰਸ਼ਨਾਂ ਨੂੰ ਲੋਚਦਾ ਰਹਿੰਦਾ, ਤੁਹਾਡੇ ਦਰਸ਼ਨਾਂ ਨੂੰ ਤਰਸਦਾ ਰਹਿੰਦਾ। ਸੱਚ ਇਹ ਹੈ ਕਿ ਤੁਹਾਡੇ ਦਰਸ਼ਨਾਂ ਤੋਂ ਬਿਨਾਂ ਮੈਂ ਜਿਉਂਦਾ ਨਹੀਂ ਰਹਿ ਸਕਦਾ। ਤੁਸੀਂ ਹੁਣ ਤਲਵੰਡੀ ਨਾ ਛੱਡ ਕੇ ਜਾਇਓ। ਬਾਬਾ ਨਾਨਕ ਜੀ ਕਹਿੰਦੇ, ਰਾਏ ਬਲਾਰ ਜੀ ਜਾਣਾ ਤੇ ਪੈਣਾ, ਜਿਹੜੀ ਡਿਊਟੀ ਪਰਮਾਤਮਾ ਨੇ ਸਾਡੀ ਲਾ ਕੇ ਭੇਜੀ ਹੈ ਉਹ ਡਿਊਟੀ ਤੇ ਵਜਾਉਣੀ ਪੈਣੀ ਹੈ ਨਾ। ਜਿੱਥੇ ਜਿੱਥੇ ਪਾਪ ਹੋ ਰਿਹਾ, ਜ਼ੁਲਮ ਹੋ ਰਿਹਾ, ਲੁਕਾਈ ਪਰੇਸ਼ਾਨ ਹੈ, ਹਰੇਕ ਦਾ ਜਾ ਕੇ ਦੁੱਖ ਸੁਣਨਾ ਹੈ, ਦਰਦ ਬਣਾਉਣਾ। ਕਹਿੰਦੇ ਜੀ ਮੈਂ ਫਿਰ ਤੁਹਾਡੇ ਦਰਸ਼ਨ ਕਿਵੇਂ ਕਰਿਆ ਕਰਾਂਗਾ, ਤੁਹਾਡੇ ਦਰਸ਼ਨ ਹੀ ਮੇਰੇ ਜੀਵਨ ਦਾ ਆਧਾਰ ਨੇ, ਤੁਹਾਡੇ ਦਰਸ਼ਨ ਕਿਵੇਂ ਹੋਇਆ ਕਰਨਗੇ ਮੈਨੂੰ। ਬਾਬਾ ਨਾਨਕ ਜੀ ਪ੍ਰੇਮ ਵਿੱਚ ਆਏ, ਕਹਿੰਦੇ ਰਾਏ ਬਲਾਰ ਜੀ ਜਿੱਦਾਂ ਅੱਜ ਤੁਸੀਂ ਉਡੀਕ ਕਰਦੇ ਸੀ ਨਾ, ਏਦਾਂ ਹੀ ਹਰੇਕ ਪੂਰਨਮਾਸੀ ਤੇ ਸਾਡੀ ਉਡੀਕ ਕਰਿਆ ਕਰੋ, ਅੰਮ੍ਰਿਤ ਵੇਲਾ ਸੰਭਾਲਿਆ ਕਰੋ, ਰੋਜ਼ ਬਾਣੀ ਪੜ੍ਹਿਆ ਕਰੋ, ਨਾਮ ਜਪਿਆ ਕਰੋ, ਅਸੀਂ ਸਦਾ ਹੀ ਤੁਹਾਡੇ ਨਾਲ। ਹਾਂ, ਸਰੀਰ ਕਰਕੇ ਅਸੀਂ ਜਿੱਥੇ ਮਰਜ਼ੀ ਵਿਚਰਦੇ ਹੋਈਏ, ਜਿੱਦਣ ਪੂਰਨਮਾਸ਼ੀ ਦਾ ਦਿਨ ਹੋਇਆ ਕਰੂਗਾ ਅਸੀਂ ਖੁਦ ਆ ਕੇ ਤੁਹਾਡੇ ਘਰ ਤੁਹਾਨੂੰ ਦਰਸ਼ਨ ਬਖਸ਼ਿਆ ਕਰਾਂਗੇ, ਖੁਦ ਆ ਕੇ ਮਿਲਿਆ ਕਰਾਂਗੇ। ਸਭ ਕੋ ਤੇਰਾ ਵਾਸਾਗਮ ਅਗੋਚਰਾ, ਤੂੰ ਭਗਤਾਂ ਕੈ ਵਸ, ਭਗਤਾਂ ਤਾਣ ਤੇਰਾ। ਰੱਬ ਜੀ ਨੂੰ ਕਿਸੇ ਨੇ ਪੁੱਛਿਆ, ਰੱਬ ਜੀ ਸਭ ਕੁਝ ਤੁਹਾਡੇ ਵਸ ਵਿੱਚ ਹੈ, ਤੁਹਾਡੇ ਹੁਕਮ ਤੋਂ ਬਿਨਾਂ ਪੱਤਾ ਨਹੀਂ ਝੂਲ ਸਕਦਾ,
ਕੁੱਲ ਕਾਇਨਾਤ ਤੁਹਾਡੇ ਹੁਕਮ ਵਿੱਚ ਹੈ, ਤੁਹਾਡੇ ਵਸ ਵਿੱਚ ਹੈ, ਤੁਸੀਂ ਵੀ ਕਿਸੇ ਦੇ ਵਸ ਵਿੱਚ ਹੋ। ਰੱਬ ਜੀ ਕਹਿੰਦੇ ਹਾਂ ਮੈਂ ਵੀ ਕਿਸੇ ਦੇ ਵਸ ਵਿੱਚ ਹਾਂ। ਮੈਂ ਕਿਹਨਾਂ ਦੇ ਵਸ ਵਿੱਚ ਹਾਂ? ਮਹਾਰਾਜ ਕਹਿੰਦੇ ਮੈਂ ਆਪਣੇ ਪਿਆਰਿਆਂ ਦੇ ਵਸ ਵਿੱਚ ਹਾਂ, ਮੈਂ ਆਪਣੇ ਭਗਤਾਂ ਦੇ ਵਸ ਵਿੱਚ ਹਾਂ, ਇੰਨਾ ਵਸ ਵਿੱਚ ਹਾਂ ਉਹਨਾਂ ਦਾ ਆਖਿਆ ਹੋਇਆ ਮੈਂ ਕਦੇ ਮੋੜ ਹੀ ਨਹੀਂ ਸਕਦਾ। ਮੇਰੀ ਬੰਧੀ ਭਗਤ ਛਡਾਵੈ, ਬੰਧ ਹੈ ਭਗਤ ਨਾ ਛੁੱਟੈ ਮੋਹੇ, ਇੱਕ ਸਮੈ ਮੋਹ ਕੋ ਗ੍ਰਹਿ, ਬੰਧ ਹੈ ਤੂੰ ਫਿਰ ਮੋਹ ਪੈ ਜਵਾਬ ਨਾ ਹੋਏ। ਕਹਿੰਦੇ ਮੈਂ ਕਿਸੇ ਨੂੰ ਸੰਗਲਾਂ ਨਾਲ ਵੀ ਬੰਨ ਦਿਆਂ ਤੇ ਮੇਰੇ ਭਗਤ ਆ ਕੇ ਉਹਨੂੰ ਛਡਾ ਲੈਣਗੇ, ਤੇ ਮੇਰੇ ਭਗਤ ਕਿਸੇ ਨੂੰ ਕੱਚੇ ਧਾਗੇ ਨਾਲ ਵੀ ਬੰਨ ਦੇਣ, ਮੈਂ ਮੇਰੀ ਹਸਤੀ ਨਹੀਂ ਵੀ ਮੈਂ ਉਹਨਾਂ ਨੂੰ ਛਡਾ ਲਵਾਂ, ਇੰਨਾ ਮੈਂ ਆਪਣੇ ਪਿਆਰਿਆਂ ਦੇ ਵਸ ਵਿੱਚ ਹਾਂ। ਹੁਣ ਵੇਖੋ ਕਿੰਨਾ ਵਸ ਵਿੱਚ ਨੇ ਰਾਏ ਬਲਾਰ ਜੀਆਂ ਦੇ ਬਾਬਾ ਨਾਨਕ ਜੀ, ਇੰਨੇ ਪ੍ਰੇਮ ਵਿੱਚ ਆ ਗਏ, ਇੰਨੇ ਖੁਸ਼ ਹੋਏ ਉਹਦੇ ਪ੍ਰੇਮ ਤੋਂ। ਕਹਿੰਦੇ ਸਰੀਰ ਕਰਕੇ ਜਿੱਥੇ ਮਰਜ਼ੀ ਵਿਚਰਦੇ ਹੋਈਏ, ਪਰ ਜਿੱਦਣ ਪੂਰਨਮਾਸ਼ੀ ਦਾ ਦਿਹਾੜਾ ਹੋਇਆ ਕਰੂਗਾ ਨਾ, ਰਾਏ ਬਲਾਰ ਜੀ ਹਰੇਕ ਪੂਰਨਮਾਸ਼ੀ ਤੇ ਤੁਹਾਡੇ ਘਰ ਆ ਕੇ ਤੁਹਾਨੂੰ ਮਿਲਿਆ ਕਰਾਂਗੇ, ਤੁਹਾਨੂੰ ਦਰਸ਼ਨ ਦਿਆ ਕਰਾਂਗੇ ਆ ਕੇ। ਕਿਉਂ? ਉਹ ਜਿਵੇਂ ਮਾਵਾਂ ਨੂੰ ਜੀ ਪੁੱਤਰ ਪਿਆਰੇ, ਭਗਤ ਪਿਆਰੇ ਰੱਬ, ਜਿਵੇਂ ਮਾਵਾਂ ਨੂੰ ਜੀ ਪੁੱਤਰ ਪਿਆਰੇ, ਭਗਤ ਪਿਆਰੇ ਰੱਬ, ਜਿਵੇਂ ਮਾਵਾਂ ਨੂੰ ਜੀ ਪੁੱਤਰ ਪਿਆਰੇ, ਭਗਤ ਪਿਆਰੇ ਰੱਬ, ਜਿਵੇਂ ਮਾਵਾਂ ਨੂੰ ਜੀ ਪੁੱਤਰ ਪਿਆਰੇ, ਭਗਤ ਪਿਆਰੇ, ਭਗਤ ਪਿਆਰੇ ਰੱਬ ਨੂੰ, ਭਗਤ ਪਿਆਰੇ ਰੱਬ ਨੂੰ, ਜਿਵੇਂ ਮਾਵਾਂ ਨੂੰ ਜੀ ਪੁੱਤਰ ਪਿਆਰੇ, ਪੁੱਤਰ ਪਿਆਰੇ, ਭਗਤ ਪਿਆਰੇ ਰੱਬ ਨੂੰ, ਜਿਵੇਂ ਮਾਵਾਂ ਨੂੰ ਜੀ ਪੁੱਤਰ ਪਿਆਰੇ, ਭਗਤ ਪਿਆਰੇ, ਭਗਤ ਪਿਆਰੇ ਰੱਬ ਨੂੰ, ਜਿਵੇਂ ਮਾਵਾਂ ਨੂੰ ਪੁੱਤਰ ਪਿਆਰੇ, ਭਗਤ ਪਿਆਰੇ ਰੱਬ ਨੂੰ।
ਭਗਤ ਤੇਰੇ ਮਨ ਭਾਵਦੇ ਦਰ ਸੋਹਨ ਕੀਰਤ ਗਾਵਦੇ ਨਾਨਕ ਕਰਮਾਂ ਬਾਹਰੇ ਦਰ ਢੋ ਨਾ ਲੈਣੀ ਧਾਮਦੇ। ਕਹਿੰਦੇ ਜਿਹੜੇ ਉਹਦੇ ਗੁਣਾਂ ਨੂੰ ਗਾਉਂਦੇ ਰਹਿੰਦੇ ਆ, ਉਹਨੂੰ ਯਾਦ ਕਰਦੇ ਰਹਿੰਦੇ ਆ, ਉਹਨੂੰ ਪਿਆਰੇ ਲੱਗਦੇ ਆ, ਉਹਨੂੰ ਭਾਉਂਦੇ ਆ, ਜਿਹੜੇ ਕਰਮਾਂ ਤੋਂ ਹੀਣੇ ਆ ਉਹਨਾਂ ਨੂੰ ਗੁਰੂ ਨਾਨਕ ਦੇ ਦਰ ਤੇ ਢੋਈ ਨਹੀਂ ਮਿਲਦੀ, ਉਹ ਬਾਹਰ ਤੁਰੇ ਫਿਰਦੇ ਆ। ਕਿਉਂ? ਉਹ ਆਪਣੇ ਮੂਲ ਨੂੰ ਪਛਾਣਦੇ ਹੀ ਨਹੀਂ, ਆਪਣੇ ਮੂਲ ਨੂੰ ਬੁੱਝਦੇ ਹੀ ਨਹੀਂ। ਇੱਕ ਮੂਲ ਨਾ ਬੁੱਝਣ ਆਪਣਾ ਅਣ ਹੁੰਦਾ ਆਪ ਗਣਾਏ ਨਹੀਂ, ਉਹ ਜਾਣਦੇ ਨਹੀਂ। ਸਾਧ ਸੰਗਤ ਰਾਏ ਬਲਾਰ ਜੀਆਂ ਨੇ ਪਛਾਣਿਆ ਸੀ ਬਾਬੇ ਨਾਨਕ ਵੀ, ਆਪ ਨਰੈਣ ਕਲਾ ਧਾਰ ਜਗ ਮੈਂ ਪਰਵਰੇ ਹੋ, ਨਿਰੰਕਾਰ ਕਾਰ ਜੋਤ ਜਗ ਮੰਡਲ ਕਰਿਓ, ਵੀ ਰੱਬ ਆ ਪਾਇਆ ਖੁਦਾ ਪਾਇਆ। ਰਾਏ ਬਲਾਰ ਜੀਆਂ ਦੇ ਨਾਲ ਬਚਨ ਕੀਤਾ ਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਫਿਰ ਜਗਤ ਜਲੰਦੇ ਨੂੰ ਤਾਰਨ ਵਾਸਤੇ ਤੁਰ ਪਏ। ਰਾਏ ਬਲਾਰ ਜੀ ਆਪਣੇ ਘਰ ਬੈਠ ਕੇ ਇਬਾਦਤ ਕਰਦੇ ਆ, ਪੁੰਨਿਆਂ ਦਾ ਦਿਨ ਆਉਂਦਾ ਹੈ ਤੇ ਬਾਬਾ ਨਾਨਕ ਜੀ ਦੀ ਉਡੀਕ ਹੋ ਜਾਂਦੀ ਹੈ, ਅੱਜ ਗੁਰੂ ਸਾਹਿਬ ਆਉਣਗੇ ਮੈਨੂੰ ਦਰਸ਼ਨ ਹੋਣਗੇ। ਤਲਵੰਡੀ ਤੋਂ ਬਾਹਰ ਬਾਹਰ ਰਸਤਾ ਜਿਹੜਾ ਸੀ ਉਸ ਰਸਤੇ ਵਿੱਚ ਜਾ ਕੇ ਰਾਏ ਬਲਾਰ ਜੀਆਂ ਨੇ ਖਲੋ ਜਾਣਾ, ਬਾਬਾ ਨਾਨਕ ਜੀਆਂ ਦੀ ਉਡੀਕ ਕਰਨੀ। ਪੰਥ ਨਿਹਾਰੈ ਕਾਮਨੀ ਲੋਚਨ ਭਰੀ ਲਏ ਉਸ ਹੱਸਾ, ਉਰ ਨਾ ਭਿੱਜੈ ਪਗ ਨਾ ਖਿੱਸੈ ਹਰ ਦਰਸ਼ਨ ਕੀ। ਉਹ ਰਸਤੇ ਨੂੰ ਨਿਹਾਰਦੇ ਰਹਿਣਾ, ਇੱਧਰੋਂ ਮੇਰੇ ਬਾਬਾ ਨਾਨਕ ਜੀ ਆਉਣਗੇ। ਬਾਬਾ ਜੀਆਂ ਨੇ ਆਉਣਾ, ਰਾਏ ਬਲਾਰ ਜੀਆਂ ਨੇ ਦਰਸ਼ਨ ਕਰਨੇ ਤੇ ਬੜੇ ਸਤਿਕਾਰ ਨਾਲ ਆਪਣੇ ਘਰ ਲੈ ਕੇ ਜਾਣੇ, ਸੇਵਾ ਕਰਨੀ। ਬਹੁਤ ਸਮਾਂ ਇੱਦਾਂ ਹੀ ਇਹ ਸਿਲਸਿਲਾ ਚੱਲਦਾ ਰਿਹਾ, ਹੌਲੀ ਹੌਲੀ ਸਮਾਂ ਬੀਤਿਆ, ਸਾਲ ਬੀਤੇ, ਰਾਏ ਬਲਾਰ ਜੀ ਬਹੁਤ ਬਜ਼ੁਰਗ ਹੋ ਗਏ, ਬਹੁਤ ਸਰੀਰ ਬਿਰਧ ਹੋ ਗਿਆ, ਜਿਵੇਂ ਕਹਿੰਦੇ ਬੁੱਢਾ ਹੋਇਆ ਸੇਖ ਫਰੀਦ ਕੰਬਣ ਲੱਗੀ ਦੇ, ਸਰੀਰ ਕੰਬਦਾ, ਸਰੀਰ ਵਿੱਚ ਹੁਣ ਉਹ ਸਮਰੱਥਾ ਨਹੀਂ ਰਹੀ, ਉਹ ਜਾਨ ਨਹੀਂ ਰਹੀ ਜਾਂ ਰਾਈ ਜੋਬਨ ਹਾਰਿਆ। ਸਾਧ ਸੰਗਤ ਸਰੀਰ ਵਿੱਚ ਇੰਨੀ ਵੀ ਹੁਣ ਤਾਕਤ ਨਹੀਂ ਵੀ ਮੰਜੇ ਤੋਂ ਉੱਠ ਖਲੋਣ, ਕਮਜ਼ੋਰੀ ਪੈ ਗਈ, ਕਮਜ਼ੋਰ ਹੋ ਗਿਆ ਸਰੀਰ। ਤੇ ਇੱਕ ਦਿਨ ਰਾਏ ਬਲਾਰ ਜੀਆਂ ਨੂੰ ਇਹ ਅਹਿਸਾਸ ਹੋਇਆ ਤੇ ਪੁੰਨਿਆਂ ਦਾ ਦਿਨ ਉਹ ਵੀ ਨੇੜੇ ਆ ਰਿਹਾ, ਥੋੜੇ ਦਿਨ ਰਹਿ ਗਏ, ਵੀ ਇਹ ਸਰੀਰ ਰੂਪੀ ਜਿਹੜਾ ਚੋਲਾ ਨਾ ਹੁਣ ਪੁਰਾਣਾ ਹੋ ਗਿਆ, ਇਹਨੂੰ ਬਦਲਣ ਦਾ ਸਮਾਂ ਆ ਗਿਆ। ਮਹਾਂਪੁਰਖ ਬਾਬਾ ਆਨੰਦ ਸਿੰਘ ਜੀ ਮਹਾਰਾਜ ਉਹ ਬਚਨ ਕਰਦੇ ਸੀ ਵੀ ਜਿਹੜੇ ਸਾਡੇ ਸਰੀਰ ਦੇ ਵਿੱਚ ਮਾਲਕ ਨੇ ਸਵਾਸਾਂ ਰੂਪੀ ਗੱਠੜੀ ਬੰਨ੍ਹ ਕੇ ਰੱਖੀ ਆ ਨਾ, ਮਰਨ ਤੋਂ 6 ਮਹੀਨੇ ਪਹਿਲਾਂ ਇਹ ਗੱਠੜੀ ਦੀ ਗੰਢ ਖੁੱਲ ਜਾਂਦੀ ਹੈ। ਜਿਹੜੇ ਤੇ ਅਭਿਆਸੀ ਪੁਰਖ ਹੁੰਦੇ ਨੇ, ਅਭਿਆਸੀ ਰੂਹਾਂ ਹੁੰਦੀਆਂ, ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਅੱਜ ਸਵਾਸਾਂ ਰੂਪੀ ਗੱਠੜੀ ਦੀ ਗੰਢ ਖੁੱਲ ਗਈ ਹੈ। ਕਈ ਤਾਂ ਹੀ ਫਿਰ ਆਪਣੇ ਜਾਣ ਦੀ ਤਰੀਕ ਦਿਨ ਮਹੀਨਾ ਪਹਿਲਾਂ ਦੱਸ ਦਿੰਦੇ ਨੇ, ਫਲਾਨੇ ਮਹੀਨੇ ਫਲਾਨੀ ਤਰੀਕ ਅਸੀਂ ਚਲੇ ਜਾਣਾ ਸੰਸਾਰ ਤੋਂ।
ਤੇ ਜਿਹੜੇ ਆਪਣੇ ਵਰਗੇ ਦੁਨਿਆਵੀ ਜੀਵ ਹੁੰਦੇ ਨੇ, ਆਪਾਂ ਰੋਜ਼ਮਰਰਾ ਦੀ ਜ਼ਿੰਦਗੀ ਵਿੱਚ ਧੰਦੇ ਧੰਦਾਰ ਕਰਦੇ ਹਾਂ, ਵਿਚਰਦੇ ਰਹਿੰਦੇ ਹਾਂ, ਤੇ ਸਾਨੂੰ ਪਤਾ ਹੀ ਨਹੀਂ ਲੱਗਦਾ ਵੀ ਸਾਡੀ ਸਵਾਸਾਂ ਰੂਪੀ ਗੱਠੜੀ ਦੀ ਗੰਢ ਹੈ ਜਿਹੜੀ ਉਹ ਖੁੱਲ ਚੁੱਕੀ ਹੈ। ਤੇ ਰਾਏ ਬੁਲਾਰ ਜੀ ਵਿਆਸੀ ਸਨ, ਰੋਜ਼ ਬਾਬੇ ਨਾਨਕ ਦੇ ਚਰਨਾਂ ਦਾ ਧਿਆਨ ਧਰ ਕੇ ਬਹਿੰਦੇ ਸਨ। ਉਹਨਾਂ ਨੂੰ ਪਤਾ ਲੱਗ ਗਿਆ ਵੀ ਸਰੀਰ ਰੂਪੀ ਚੋਲਾ ਹੁਣ ਪੁਰਾਣਾ ਹੋ ਗਿਆ, ਬਾਬਾ ਨਾਨਕ ਜੀ ਹੁਣ ਸਮਾਂ ਆ ਗਿਆ ਸੰਸਾਰ ਤੋਂ ਜਾਣ ਦਾ, ਜਦੋਂ ਮੈਂ ਸੰਸਾਰ ਤੋਂ ਜਾਵਾਂ ਮੇਰੀਆਂ ਅੱਖਾਂ ਦੇ ਸਾਹਮਣੇ ਹੋਵੋ ਤੁਸੀਂ, ਜਦੋਂ ਮੈਂ ਪੰਜ ਭੂਤਕ ਸਰੀਰ ਤਿਆਗਾਂ ਮੇਰਾ ਸੀਸ ਹੈ ਜਿਹੜਾ ਉਹ ਤੁਹਾਡੀ ਗੋਦ ਵਿੱਚ ਹੋਵੇ, ਤੁਹਾਡੀ ਗੋਦ ਵਿੱਚ ਮੈਂ ਆਪਣਾ ਸਰੀਰ ਛੱਡਾਂ, ਧਨ ਜੋਬਨ ਔਰ ਫੁੱਲੜਾ ਨਾਠੀ ਅੜੇ ਦਿਨ ਚਾਰ, ਬੱਬਣ ਕੇਰੇ ਪੱਤ ਜਿਉਂ ਢਲ ਢੁੱਲ ਜੁੰਮਣ ਹਾਰ, ਰੰਗ ਮਾਣ ਲੈ ਪਿਆਰਿਆ ਜਾਂ ਜੋਬਨ ਨਾਉ ਹੁੱਲਾ, ਦਿਨ ਥੋੜੜੇ ਥੱਕੇ ਭਇਆ ਪੁਰਾਣਾ ਚੋਲਾ। ਰਾਏ ਬੁਲਾਰ ਜੀ ਬਾਬਾ ਨਾਨਕ ਜੀ ਨੂੰ ਯਾਦ ਕਰਦੇ ਆ, ਨਾਲ ਕਹਿੰਦੇ ਸੱਚੇ ਪਾਤਸ਼ਾਹ ਦਿਨ ਥੋੜੇ ਰਹਿ ਗਏ ਭਇਆ ਪੁਰਾਣਾ ਚੋਲਾ ਜੀ, ਦਿਨ ਥੋੜੇ ਰਹਿ ਪਿਆ ਪੁਰਾਣਾ ਜੋ।
ਖੋਲਣਾ। ਨਾਠੀ ਅੜੇ ਦਿਨ ਚਾਰ ਪੱਬਣ ਕੇਰੇ ਪੱਤ ਜਿਉਂ ਢੱਲ ਢੁੱਲ ਜੁੰਮਣ ਹਾਰ ਰੰਗ ਮਾਣ ਲੈ ਪਿਆਰੇ ਆ ਜਾਂ ਜੋਵਨ ਨਾਉ ਹੁੱਲਾ ਦਿਨ ਥੋੜੜੇ ਥੱਕੇ ਭਇਆ ਪੁਰਾਣਾ ਚੋਲਾ। ਮਹਾਰਾਜ ਸਰੀਰ ਰੂਪੀ ਚੋਲਾ ਹੁਣ ਪੁਰਾਣਾ ਹੋ ਗਿਆ। ਵੈਸੇ ਸੱਚ ਤੇ ਇਹ ਆ ਵੀ ਇਹ ਸਰੀਰ ਰੂਪੀ ਚੋਲਾ ਜਿਹੜਾ ਸਦਾ ਹੀ ਪੁਰਾਣਾ ਪਾਈ, ਕੋਈ ਪਤਾ ਨਹੀਂ ਕਿਹੜੀ ਘੜੀ ਕਿਹੜੇ ਪਲ ਕਿਹੜੇ ਦਿਨ ਕਿਹੜੇ ਸਮੇਂ ਨੂੰ ਬਦਲਣਾ ਪੈ ਜਾਣਾ। ਤਾਂ ਹੀ ਬਾਣੀ ਕਹਿੰਦੀ ਜੋ ਦਿਨ ਆਵੈ ਸੋ ਦਿਨ ਜਾਈ ਕਰਨਾ ਕੂਚ ਰਹਿਣ ਫਿਰ ਨਾਹੀ। ਸੰਗ ਚਲਤ ਹੈ ਹੰਪੀ ਚੱਲਣਾ ਦੂਰ ਗਵਨ ਸਿਰ ਉੱਪਰ ਮਰ ਮਰ। ਕਹਿੰਦੇ ਜਾਉਣਾ ਬੜੀ ਦੂਰ ਦੀ ਗੱਲ ਹੈ, ਮਰਨਾ ਤੇ ਹਰ ਵੇਲੇ ਤੇਰੇ ਸਿਰ ਤੇ ਹੀ ਖੜਾ ਕੋ ਸਤਨਾਮ। ਮਰਨਾ ਹਰ ਵੇਲੇ ਤੇਰੇ ਸਿਰ ਤੇ ਖੜਾ। ਮਹਾਰਾਜੀਆਂ ਨੂੰ ਰਾਏ ਬਲਾਰ ਜੀ ਯਾਦ ਕਰਦੇ ਆ। ਮੇਰਾ ਮਨ ਲੋਚੈ ਗੁਰਦਰਸ਼ਨ ਤਾਈ ਬਿਲਪ ਕਰੇ ਚਾਤਰ ਕੀ ਨਹੀਂ। ਤੂੰ ਚੋ ਸੱਜਣ ਮੈਂਡਿਆ ਡੇਈ ਸਿਸ ਉਤਾਰ ਨੈਣ ਮਹਿੰਜੇ ਤਰਸਦੇ ਕਦ ਪਸੀ ਦੀਦਾਰ। ਸਮਾਂ ਆਇਆ ਪੁਕਾਰਾਂ ਸੁਣੀਆਂ ਗਈਆਂ। ਬਾਬਾ ਨਾਨਕ ਜੀ ਰਾਏ ਬਲਾਰ ਜੀਆਂ ਨੂੰ ਦਰਸ਼ਨ ਦੇਣ ਵਾਸਤੇ ਉਹਦੇ ਘਰ ਪਹੁੰਚ ਗਏ। ਜਾ ਕੇ ਸਤ ਕਰਤਾਰ ਦਾ ਆਵਾਜ਼ਾ ਲਾਇਆ। ਰਾਏ ਬਲਾਰ ਜੀਆਂ ਨੇ ਨੇਤਰ ਖੋਲੇ, ਗੁਰੂ ਸਾਹਿਬ ਜੀਆਂ ਦੇ ਦਰਸ਼ਨ ਕੀਤੇ, ਅੰਦਰ ਸੱਚਾ ਨੇਹੋਂ ਲਾਇਆ ਪ੍ਰੀਤਮ ਆਪਣੇ। ਤਨ ਮਨ ਹੋਏ ਨਿਹਾਲ, ਜਾ ਗੁਰ ਦੇਖਾਂ ਸਾਹਮਣੇ। ਮੰਜੇ ਤੇ ਲੰਮੇ ਪਏ ਆ ਤੇ ਐਂ ਹੱਥ ਜੋੜ ਕੇ ਨਾ ਸੀਸ ਚੁਕਾਇਆ। ਰੋ ਰਹੇ ਨੇ ਬਹੁਤ। ਬਾਬਾ ਨਾਨਕ ਜੀ ਕੋਲ ਬਹਿ ਗਏ, ਸਿਰ ਤੇ ਹੱਥ ਫੇਰ ਕੇ ਕਹਿੰਦੇ ਰਾਏ ਬਲਾਰ ਜੀ ਕੀ ਹੋ ਗਿਆ? ਜਾਣ ਨੂੰ ਦਿਲ ਨਹੀਂ ਕਰਦਾ, ਮੌਤ ਨੂੰ ਵੇਖ ਕੇ ਘਬਰਾ ਗਏ ਹੋ? ਨਹੀਂ ਬਾਬਾ ਜੀ, ਮੂਹੇ ਮਰਨੇ ਕਾ ਚਾਉ ਹੈ ਮਰੋਂ ਤੋਂ ਹਰ ਕੇ ਦੁਆਰ। ਜਿਸ ਮਰਨੇ ਤੇ ਜੱਗ ਡਰੈ ਮੇਰੇ ਮਨ ਆਨੰਦ, ਮਰਨੇ ਹੀ ਤੇ ਪਾਈਏ ਪੂਰਨ ਪਰ ਮਨ। ਮੈਨੂੰ ਮੌਤ ਤੋਂ ਨਹੀਂ ਡਰ ਲੱਗਦਾ, ਫਿਰ ਇੰਨਾ ਬਰਾਗ ਕਿਉਂ, ਅੱਖਾਂ ਕਿਉਂ ਤੁਹਾਡੀਆਂ ਭਿੱਜੀਆਂ? ਕਹਿੰਦੇ ਮਹਾਰਾਜ ਇਸ ਕਰਕੇ ਜਦੋਂ ਅੱਗੇ ਤੁਸੀਂ ਆਉਂਦੇ ਸੀ ਨਾ ਤੇ ਮੈਂ ਤੁਹਾਡੇ ਸਤਿਕਾਰ ਵਿੱਚ ਤਲਵੰਡੀ ਤੋਂ ਬਾਹਰ ਬਾਹਰ ਜਾ ਕੇ ਖਲੋ ਜਾਂਦਾ ਸੀ। ਕਿੰਨੇ ਸਤਿਕਾਰ ਨਾਲ ਮਹਾਰਾਜ ਤੁਹਾਨੂੰ ਘਰ ਲੈ ਕੇ ਆਉਂਦਾ ਸੀ। ਅੱਜ ਮਹਾਰਾਜ ਮੈਂ ਤੁਹਾਡੇ ਸਤਿਕਾਰ ਵਿੱਚ ਤਲਵੰਡੀ ਤੋਂ ਬਾਹਰ ਬਾਹਰ ਜਾ ਕੇ ਨਹੀਂ ਖਲੋ ਸਕਿਆ। ਤੁਸੀਂ ਆਏ ਹੋ ਮਹਾਰਾਜ ਤੁਹਾਡੇ ਸਤਿਕਾਰ ਵਿੱਚ ਖਲੋਣਾ ਤੇ ਦੂਰ ਦੀ ਗੱਲ, ਮੈਂ ਮੰਜੇ ਤੋਂ ਉੱਠ ਕੇ ਤੁਹਾਡੇ ਚਰਨਾਂ 'ਚ ਨਮਸਕਾਰ ਵੀ ਨਹੀਂ ਕਰ ਸਕਦਾ, ਇੰਨਾ ਅਸਮਰੱਥ ਹੋ ਗਿਆ ਮੈਂ। ਬਾਬਾ ਨਾਨਕ ਜੀ ਪਿਆਰ ਨਾਲ ਕਹਿੰਦੇ ਰਾਏ ਬਲਾਰ ਜੀ ਫਿਰ ਕੀ ਹੋ ਗਿਆ? ਜੇ ਸਰੀਰ ਕਰਕੇ ਨਹੀਂ ਉੱਠ ਸਕਦੇ ਸੁਰਤੀ ਨਾਲ ਤੇ ਅੱਜ ਵੀ ਉਨਾ ਹੀ ਸਤਿਕਾਰ ਕਰਦੇ, ਅਸੀਂ ਖੁਸ਼ ਹਾਂ ਤੁਹਾਡੇ, ਫਿਕਰ ਨਾ ਕਰੋ ਇਸ ਗੱਲ ਦਾ, ਤੁਸੀਂ ਆਪਣੀ ਆਖਰੀ ਇੱਛਾ ਦੱਸੋ ਕੀ ਹੈ, ਉਹ ਤੁਹਾਡੀ ਇੱਛਾ ਪੂਰੀ ਕਰਦੇ। ਰਾਏ ਬਲਾਰ ਜੀ ਕਹਿੰਦੇ ਮਹਾਰਾਜ ਮੇਰੀ ਇੱਛਾ ਇਹੀ ਸੀ ਜਦੋਂ ਮੈਂ ਸੰਸਾਰ ਤੋਂ ਜਾਵਾਂ ਤੁਹਾਡੀਆਂ ਤੁਸੀਂ ਮੇਰੀਆਂ ਅੱਖਾਂ ਦੇ ਸਾਹਮਣੇ ਹੋਵੋ ਤੇ ਮੇਰਾ ਸੀਸ ਤੁਹਾਡੀ ਗੋਦ ਵਿੱਚ ਹੋਵੇ ਤੇ ਕਿਰਪਾ ਕਰੋ ਮਹਾਰਾਜ ਉਹ ਖੁਦਾ ਅੱਗੇ ਅਰਦਾਸ ਕਰਦੇ ਹੋ ਮੇਰਾ ਹਿਸਾਬ ਕਿਤਾਬ ਨਾ ਹੋਵੇ। ਲਿਖੇ ਕਤੇ ਨਾ ਛੁੱਟੀਏ ਖਿਨ ਖਿਨ ਭੁੱਲਣ ਹਾਰ, ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ।
ਦੇਖੋ ਰਾਏ ਬਲਾਰਜੀਆਂ ਨੂੰ ਬਾਬਾ ਨਾਨਕ ਜੀ ਕਿੰਨਾ ਪਿਆਰ ਕਰਦੇ ਸੀ, ਤੇ ਫਿਰ ਵੀ ਰਾਏ ਬਲਾਰਜੀਆਂ ਨੂੰ ਅੱਗੇ ਦਾ ਫਿਕਰ ਸੀ ਭਾਈ ਅੱਜ ਸਾਡੇ ਵਰਗਿਆਂ ਦਾ ਤੇ ਨੇਮ ਹੀ ਕੋਈ ਨੀ, ਅੰਮ੍ਰਿਤ ਵੇਲਾ ਕੋਈ ਨੀ, ਮਹਾਰਾਜ ਨਾਲ ਪ੍ਰੇਮ ਹੀ ਕੋਈ ਨੀ, ਸਾਨੂੰ ਅੱਗੇ ਤੋਂ ਡਰ ਹੀ ਨੀ ਲੱਗਦਾ। ਆਪਾਂ ਕਹਿੰਦੇ ਆਹ ਜੱਗ ਮਿੱਠਾ ਤੇ ਅਗਲਾ ਕੀ ਨੇ ਡਿੱਠਾ, ਐਵੇਂ ਹੀ ਅੱਗੇ ਦੀਆਂ ਗੱਲਾਂ ਕਰੀ ਜਾਂਦੇ ਅੱਗਾ ਭਾਵੇਂ ਕਿਸੇ ਨੇ ਵੇਖਿਆ। ਪਰ ਜਿਨ੍ਹਾਂ ਨੂੰ ਅੱਗੇ ਦਾ ਫਿਕਰ ਹੈ ਉਹ ਕਹਿੰਦੇ ਕਰੋ ਬੇਨਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਵੇਲਾ ਈਹਾਂ ਖਾਟ ਚਲੋ ਹਰ ਲਾਹਾ ਅੱਗੇ ਵਸਨ ਸੇਲਾ। ਜਿਨ੍ਹਾਂ ਨੂੰ ਅੱਗੇ ਦਾ ਫਿਕਰ ਹੈ ਉਹ ਕਹਿੰਦੇ ਦੇਖ ਫਰੀਦਾ ਜੇ ਥੀਆ ਦਾੜੀ ਹੋਈ ਭੂਰ ਅੱਗਾ ਨੇੜੇ ਆਇਆ ਪਿੱਛਾ ਰਹਿਆ ਦੂਰ। ਅੱਗੇ ਦਾ ਫਿਕਰ ਕਰਿਆ ਕਰੋ ਭਾਈ, ਉੱਥੇ ਧਰਮ ਦੀ ਸੱਚ ਦੀ ਅਦਾਲਤ ਲੱਗੀ ਹੈ। ਨਾਨਕ ਆਖੇ ਰੇ ਮਨਾ ਸੁਣਿਓ ਸਿੱਖ ਸਹੀ, ਲੇਖਾ ਰੱਬ ਮੰਗੇਸੀਆ ਬੈਠਾ ਕੱਢ ਬਹੀ। ਡਰਨਾ ਚਾਹੀਦਾ ਮਹਾਰਾਜ, ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ, ਜੀਵ ਭੁੱਲਣ ਹਾਰਾ, ਪਤਾ ਨੀ ਕਿੰਨੀਆਂ ਕੁ ਗਲਤੀਆਂ ਕਿੰਨੀਆਂ ਕੁ ਭੁੱਲਾਂ ਹੋ ਗਈਆਂ। ਮਹਾਰਾਜ ਹਿਸਾਬ ਕਿਤਾਬ ਨਾ ਹੋਵੇ, ਲੇਖਾ ਜੋਖਾ ਨਾ ਹੋਵੇ, ਹਿਸਾਬ ਕਿਤਾਬ ਹੋਣ ਲੱਗ ਗਿਆ ਤੇ ਪਾਰ ਹੋ ਹੀ ਨਹੀਂ ਸਕਦੇ। ਕਿਰਪਾ ਕਰਦੇ ਮਿਹਰ ਕਰਦੇ ਬਾਬਾ ਨਾਨਕ ਜੀਆਂ ਨੇ ਰਾਏ ਬਲਾਰ ਜੀਆਂ ਦਾ ਸੀਸ ਆਪਣੀ ਗੋਦ ਵਿੱਚ ਰੱਖ ਲਿਆ ਤੇ ਸਾਧ ਸੰਗਤ ਪਿਆਰ ਨਾਲ ਸਿਰ ਤੇ ਹੱਥ ਫੇਰਦੇ ਨੇ। ਰਾਏ ਬਲਾਰ ਜੀ ਬਾਬਾ ਨਾਨਕ ਜੀਆਂ ਦੇ ਦਰਸ਼ਨ ਕਰਦੇ ਆ ਤੇ ਦਰਸ਼ਨ ਕਰਦਿਆਂ ਕਰਦਿਆਂ ਆਏ ਹੱਥ ਜੋੜਦੇ। ਭਾਈ ਮਰਦਾਨਾ ਜੀ ਖੜੇ, ਰਾਏ ਬਲਾਰ ਦਾ ਪਰਿਵਾਰ ਖੜਾ, ਸਾਰਿਆਂ ਵੱਲੀ ਨਾ ਆਏ ਜਾਂਦੀ ਵੇਰ ਦੀ ਪਤੇ ਬੁਲਾ ਕੇ ਰਾਏ ਬਲਾਰ ਜੀ ਕਹਿੰਦੇ ਆ ਅੱਜ ਸਦਾ ਪ੍ਰੇਮ ਵਾਲਾ ਸਦਾ ਪ੍ਰੇਮ ਵਾਲਾ ਆ ਗਿਆ।
ਹਿੰਮਤ ਸਾਹਾ ਲਿਖਿਆ। ਮਿਲ ਕਰ ਪਾਵੋ ਤੇਲ ਦੇਹੋ ਸੱਜਣ ਸੀਸੜੀਆਂ ਜੋ ਹੋਵੇ ਸਹਿਬ ਸੋ ਮੇਲ। ਮਹਾਰਾਜ ਦੇ ਚਰਨਾਂ ਚ ਨਮਸਕਾਰ ਕਰਕੇ ਜਾਂਦੀ ਵੀਰ ਦੀ ਫਤਿਹ ਬੁਲਾ ਕੇ ਗੁਰੂ ਸਾਹਿਬ ਜੀ ਦੀ ਗੋਦ ਵਿੱਚ ਰਾਏ ਬੁਲਾਰਜੀਆਂ ਨੇ ਆਪਣਾ ਪੰਜ ਭੂਤਕ ਸਰੀਰ ਤਿਆਗਿਆ। ਕਿਆ ਜਾਣਾ ਕਿ ਵੀ ਮਰੇਂਗੇ ਕੈਸਾ ਮਰਨਾ ਹੋਇਆ, ਮਰਨਾ ਸਾਡਾ ਕਿਹੋ ਜਿਹਾ ਹੋਣਾ, ਕਿਹੜੇ ਤਰੀਕੇ ਨਾਲ ਹੋਣਾ, ਕਿਹੜੇ ਢੰਗ ਨਾਲ ਸੰਸਾਰ ਤੋਂ ਜਾਣਾ, ਇਹ ਤੇ ਕਿਸੇ ਨੂੰ ਕੋਈ ਪਤਾ ਨਹੀਂ ਹੈ। ਮੌਤ ਨੇ ਸਾਨੂੰ ਸੁੱਤਿਆਂ ਪਿਆਂ ਨੂੰ ਆ ਜਾਣਾ, ਪ੍ਰਸ਼ਾਦਾ ਛਕਦਿਆਂ ਨੂੰ ਆ ਜਾਣਾ, ਰਸਤੇ 'ਚ ਚੱਲਦਿਆਂ ਨੂੰ ਆ ਜਾਣਾ, ਖੱਬੇ ਤੋਂ ਆਉਣਾ, ਸੱਜੇ ਤੋਂ ਆਉਣਾ, ਕਿਵੇਂ ਆ ਕੇ ਘੇਰਾ ਪਾਉਣਾ, ਇਹ ਨਹੀਂ ਪਤਾ। ਕਿਆ ਜਾਣਾ ਕਿਵੇਂ ਮਰੇਂਗੇ ਕੈਸਾ ਮਰਨਾ ਹੋਏ, ਜੇਕਰ ਸਹਿਬ ਮਨੋ ਨਾ ਵਿਸਰੇ ਤਾਂ ਸਹਿਲਾ ਮਰਨਾ ਹੋਏ। ਪਰ ਜੇ ਉਹ ਰੱਬ ਯਾਦ ਹੈ ਨਾ, ਉਹਦੇ ਨਾਲ ਜੁੜੇ ਹਾਂ ਤੇ ਮਰਨਾ ਸੁਖਾਲਾ ਹੋ ਜਾਂਦਾ ਹੈ। ਭਾਵੇਂ ਗੁਰੂ ਨਾਨਕ ਦੇ ਮਹਾਰਾਜੀਆਂ ਦੇ ਲੱਖਾਂ ਕਰੋੜਾਂ ਪਾਸਕ ਸਨ, ਪਰ ਛੇ ਰੂਹਾਂ ਇਹੋ ਜਿਹੀਆਂ ਹੋਈਆਂ ਜਿਨ੍ਹਾਂ ਦਾ ਅੰਤਮ ਸਮਾਂ ਗੁਰੂ ਸਾਹਿਬ ਜੀ ਦੀ ਗੋਦ ਵਿੱਚ ਹੋਇਆ ਸੀ। ਪਹਿਲੇ ਸਨ ਮਾਤਾ ਤ੍ਰਿਪਤਾ ਜੀ, ਦੂਸਰੇ ਪਿਤਾ ਕਲਿਆਣ ਦਾਸ ਜੀ, ਤੀਸਰੇ ਬੇਬੇ ਨਾਨਕੀ, ਚੌਥੇ ਭਾਈਆ ਜੈ ਰਾਮ, ਪੰਜਵੇਂ ਭਾਈ ਮਰਦਾਨਾ ਜੀ, ਛੇਵੇਂ ਰਾਏ ਬਲਾਰ। ਇਹ ਛੇ ਰੂਹਾਂ ਇਹੋ ਜਿਹੀਆਂ ਹੋਈਆਂ ਸੀ ਜਿਨ੍ਹਾਂ ਦਾ ਅੰਤਮ ਸਮਾਂ ਗੁਰੂ ਸਾਹਿਬ ਜੀ ਦੀ ਗੋਦ ਵਿੱਚ ਹੋਇਆ ਸੀ ਭਾਈ, ਤੇ ਜਿਨ੍ਹਾਂ ਦਾ ਇਹੋ ਜਿਹਾ ਜਾਣਾ ਹੁੰਦਾ ਨਾ ਸੰਸਾਰ ਤੋਂ, ਉਹਨਾਂ ਨੂੰ ਰੂਹਾਨੀਅਤ ਦੀ ਮੌਤ ਆਉਂਦੀ ਹੈ। ਉਹਨਾਂ ਨੂੰ ਬਾਣੀ ਕਹਿੰਦੀ ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ, ਸੱਚੀ ਦਰਗਹਿ ਜਾਏ ਸੱਚਾ ਪਿੜ ਮੱਲਿਆ। ਬਾਪੂ ਜੰਗੀਰ ਸਿੰਘ ਜੀ ਦੱਸ ਰਿਹਾ ਸੀ ਪਰਿਵਾਰ ਕੇ ਨਿਤਨੇਮੀ ਸਨ, ਬਾਣੀ ਨਾਲ ਜੁੜੇ ਹੋਏ ਸੀ, ਬਾਣੇ ਨਾਲ ਜੁੜੇ ਹੋਏ ਸੀ। ਉਹਨਾਂ ਦੇ ਹੁਕਮ ਵਿੱਚ, ਮਾਲਕ ਦੇ ਹੁਕਮ ਵਿੱਚ ਉਹ ਸੰਸਾਰ 'ਤੇ ਆਏ ਅਤੇ ਮਾਲਕ ਦੇ ਹੁਕਮ ਵਿੱਚ ਹੀ ਆਪਣੀ ਸੰਸਾਰਕ ਯਾਤਰਾ ਪੂਰੀ ਕਰਕੇ ਸੰਸਾਰ ਤੋਂ ਚਲੇ ਗਏ ਨੇ। ਆਪਾਂ ਉਹਨਾਂ ਦੀ ਅੰਤਮ ਅਰਦਾਸ ਵਿੱਚ ਸਾਰੇ ਜੁੜ ਕੇ ਬੈਠੇ ਹਾਂ। ਸਾਰਿਆਂ ਨੇ ਇਹ ਅਰਦਾਸ ਗੁਰੂ ਸਾਹਿਬ ਜੀ ਦੇ ਅੱਗੇ ਕਰਨੀ ਹੈ ਕਿ ਮਹਾਰਾਜ ਕਿਰਪਾ ਕਰਨੀ, ਵਿਛੜੀ ਹੋਈ ਰੂਹ ਨੂੰ ਆਪਣੇ ਚਰਨ ਕਮਲਾਂ ਵਿੱਚ ਨਿਵਾਸ ਬਖਸ਼ਿਸ਼ ਕਰਨਾ, ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨਾ, ਦੇਸਾਂ ਵਿਦੇਸ਼ ਬੱਚਿਆਂ ਦੇ ਅੰਗ ਸੰਗ ਸਹਾਈ ਹੋਣਾ, ਆਉਣ ਵਾਲਾ ਸਮਾਂ ਜਿਹੜਾ ਪਰਿਵਾਰ 'ਤੇ ਸੁੱਖਾਂ ਦਾ ਲੈ ਕੇ ਆਉਣਾ, ਰਹਿੰਦੇ ਕਾਰਜ ਪਰਿਵਾਰ ਦੇ ਰਾਸ ਕਰਨੇ। ਆਓ, ਪਰਿਵਾਰ ਵੱਲੋਂ ਹੁਕਮ ਹੋਇਆ ਸੀ ਦੋ ਕਵਿਤਾਵਾਂ ਪੜ੍ਹਨ ਦਾ, ਇੱਕ ਤੇ ਉਮਰਾਂ ਲੰਮੀਆਂ ਬਖਸ਼ੀ ਰੱਬਾ ਮਾਵਾਂ, ਇਹ ਦਾਸ ਦੀ ਥੋੜ੍ਹਾ ਚਿਰ ਪਹਿਲਾਂ ਯੂਟਿਊਬ ਦੇ ਉੱਪਰ ਕਵਿਤਾ ਰਿਲੀਜ਼ ਹੋਈ ਸੀ, ਇਹ ਵੀ ਹੁਕਮ ਹੋਇਆ। ਅਤੇ ਇੱਕ ਕਿੱਥੋਂ ਆਈ ਹੈ ਪਤਾ ਨਹੀਂ ਕਿੱਥੇ ਜਾਣਾ, ਮਾਣ ਜਿੰਦੇ ਕਿਹੜੀ ਗੱਲ ਹੈ, ਵੀ ਕਵਿਤਾ ਦੋ ਜ਼ਰੂਰ ਸੁਣਾ ਦਿਓ। ਆਓ, ਇਹ ਕਵਿਤਾ ਪੜ੍ਹ ਕੇ ਫਿਰ ਆਪਾਂ ਆਨੰਦ ਸਾਹਿਬ ਦਾ ਜਾਪ ਕਰਾਂਗੇ। ਕੋਈ ਰਸਨਾ ਵਾਂਝੀ ਨਾ ਰਹੇ, ਸਾਰੇ ਨਾਲ ਨਾਲ ਬੋਲਣ ਦਾ ਯਤਨ ਕਰਿਓ, ਫਿਰ ਆਪਾਂ ਸਮਾਪਤੀ ਕਰ ਦੇਵਾਂਗੇ। ਮਾਤਾ ਆਖਰ ਮਾਂ ਹੁੰਦੀ ਏ, ਮਮਤਾ ਵਾਲੀ ਛਾਂ ਹੁੰਦੀ ਏ,
ਮਾਂ ਤਾਂ ਆਖਰ ਮਾਂ ਹੁੰਦੀ ਏ, ਮਮਤਾ ਵਾਲੀ ਛਾਂ ਹੁੰਦੀ ਏ। ਮਾਂ ਤਾਂ ਆਖਰ ਮਾਂ ਹੁੰਦੀ ਏ, ਮਮਤਾ ਵਾਲੀ ਛਾਂ ਹੁੰਦੀ ਏ। ਖੁਸ਼ ਰੱਖਦੀ ਜੋ ਸਾਰੇ ਭੈਣ ਭਰਾਂ ਮਾਨੂੰ, ਖੁਸ਼ ਰੱਖਦੀ ਜੋ ਸਾਰੇ ਭੈਣ ਭਰਾਂ ਮਾਨੂੰ। ਉਮਰਾਂ ਲੰਮੀਆਂ ਬਖਸ਼ੀ, ਰੱਬਾ ਮਾਵਾਂ ਨੂੰ ਉਮਰਾਂ ਲੰਮੀਆਂ ਬਖਸ਼ੀ, ਉਮਰਾਂ ਲੰਮੀਆਂ ਬਖਸ਼ੀ ਰੱਬਾ ਮਾਵਾਂ ਨੂੰ ਉਮਰਾਂ ਲੰਮੀਆਂ ਬਖਸ਼ੀ। ਵੀਰ ਜੇ ਕਰਮ ਕਮਾਲੋਂਗੇ, ਜੇ ਕਰ ਲਈ ਮਾਂ ਦੀ ਸੇਵਾ ਰੱਬ ਨੂੰ ਪਾਲੋਂਗੇ। ਹਾਂ ਸੱਚ ਆਖੇ ਲਿਖ ਵੀਰ ਜੇ ਕਰਮ ਕਮਾਲੋਂਗੇ, ਜੇ ਕਰ ਲਈ ਮਾਂ ਦੀ ਸੇਵਾ ਰੱਬ ਨੂੰ ਪਾਲੋਂਗੇ। ਘਰ ਛੱਡ ਕੇ ਰੱਬ ਨਾ ਪੁੱਛ
ਰੱਬਾ ਮਾਵਾਂ ਨੂੰ ਉਮਰਾਂ ਲੰਮੀਆਂ ਬਖਸ਼ੀ ਰੱਬਾ ਮਾਵਾਂ ਨੂੰ ਉਮਰਾਂ ਲੰਮੀਆਂ ਬਖਸ਼ੀ ਉਮਰਾਂ ਲੰਮੀਆਂ ਬਖਸ਼ੀ ਰੱਬਾ ਮਾਵਾਂ ਨੂੰ ਉਮਰਾਂ ਲੰਮੀਆਂ ਬਖਸ਼ੀ ਆਓ ਕਿੱਥੋਂ ਆਈ ਹੈ ਪਤਾ ਨਹੀਂ ਕਿੱਥੇ ਜਾਣਾ ਮਾਣ ਜਿੰਦੇ ਕਿਹੜੀ ਗੱਲ ਹੈ ਪੰਜ ਕੁ ਮਿੰਟ ਦੀ ਹਾਜ਼ਰੀ ਫਿਰ ਆਨੰਦ ਸਾਹਿਬ ਦਾ ਜਾਪ ਕਰਦੇ ਹਾਂ ਹੋ ਕਿੱਥੋਂ ਆਈ ਐ ਪਤਾ ਨੀ ਕਿੱਥੇ ਜਾਣਾ ਨੀ ਮਾਣ ਜਿੰਦੇ ਕਿਹੜੀ ਗੱਲ ਦਾ ਪਤਾ ਨੀ ਕਿੱਥੇ ਜਾਣਾ ਮਾਣ ਜਿੰਦੇ ਕਿਹੜੀ
ਜੀ ਤੂੰ ਹੋ ਜਾਣਾ ਖੀਰ ਨੀ, ਮਿੱਟੀ ਨਾਲ ਮਿੱਟੀ ਨੀ ਤੂੰ ਹੋ ਜਾਣਾ ਖੀਰ ਨੀ, ਮਿੱਟੀ ਨਾਲ ਮਿੱਟੀ ਹੋ ਜਾਣਾ ਖੀਰ ਨੀ, ਮਿੱਟੀ ਨਾਲ ਸੋਚ ਲਈ ਕੋਈ ਨਹੀਂ ਤੈਨੂੰ ਵੇਖਦਾ, ਇਹ ਨਾ ਸੋਚ ਲਈ ਕੋਈ ਨਹੀਂ ਤੈਨੂੰ ਵੇਖਦਾ, ਉਹ ਹਿਸਾਬ ਰੱਖੇ ਪਲ ਬੋਲਦਿਆਂ ਕੋਲੋਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਹੋ ਜਾਂਦੀਆਂ, ਗੁਰੂ ਸਾਹਿਬ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ। ਸਾਰੀਆਂ ਸੰਗਤਾਂ ਦਾ ਧੰਨਵਾਦ ਜੀ, ਆਇਆਂ ਨੂੰ ਪਰਿਵਾਰ ਦਾ ਧੰਨਵਾਦ ਹੈ, ਗੁਰੂ ਸਾਹਿਬ ਜੀਆਂ ਦਾ ਸ਼ੁਕਰਾਨਾ ਜਿਨ੍ਹਾਂ ਨੇ ਆਪਣੀ ਗੋਦ ਵਿੱਚ ਬਿਠਾ ਕਰਕੇ ਆਪਣੇ ਗੁਣ ਆਪ ਗਵਾਏ ਆ। ਸਾਊਂਡ ਵਾਲੇ ਵੀਰ ਦਾ ਵੀ ਧੰਨਵਾਦ ਹੈ, ਲਾਈਵ ਵਾਲੇ ਵੀਰਾਂ ਦਾ ਵੀ ਧੰਨਵਾਦ ਕਰਦੇ ਹਾਂ। ਸੁਖ ਫਿਲਮ ਜਿੱਤੇ ਲਾਈਵ ਸਾਰਾ ਸਮਾਗਮ ਚੱਲ ਰਿਹਾ, ਆਉਣ ਵਾਲੇ ਸਮਾਗਮ ਵੀ ਇਸੇ ਚੈਨਲ 'ਤੇ ਲਾਈਵ ਹੋਣਗੇ, ਆਪ ਜੀ ਘਰ ਬੈਠ ਕੇ ਵੇਖ ਸਕਦੇ ਹੋ। ਆਓ ਆਨੰਦ ਸਾਹਿਬ ਦਾ ਜਪ ਕਰਕੇ ਸਮਾਪਤੀ ਕਰੀਏ। ਰਾਮ ਕਲੀ ਮਹੱਲਾ ਤੀਜਾ, ਆਨੰਦ ਕੋ ਓੰਕਾਰ ਸਤਿਗੁਰ ਪ੍ਰਸਾਦ, ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਨੇ ਪਾਇਆ ਸਤਿਗੁਰ ਦਾ ਪਾਇਆ, ਨਾਨਕ ਨੰਦ ਹੋ।
ਵਾਹਿਗੁਰੂ ਜੀ ਕਾ ਖਾਲਸਾ।